ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਦੇ ਇਸ ਨਾਟਕ ਵਿਹੜੇ ਵਿੱਚ ਸਾਡੇ ਉੜੀਕਾਂ ਪ੍ਰੋਗਰਾਮ ਵਿੱਚ ਪਹੁੰਚੇ ਹਨ ਉੱਗੇ ਸਮਾਜ ਸੇਵਕ ਤੇ ਬੜੇ ਉੱਚ ਅਧਿਕਾਰੀ ਕਾਨਸ਼ਾਮ ਜੀ। ਕਾਨਸ਼ਾਮ ਜੀ, ਸਾਡੇ ਇਸ ਉੜੀਕਾਂ ਪ੍ਰੋਗਰਾਮ ਵਿੱਚ ਆਉਣਾ ਤੁਹਾਨੂੰ ਜੀ ਆਇਆ। ਸਭ ਤੋਂ ਪਹਿਲਾਂ ਤਾਂ ਨਾਂ ਤੁਹਾਡਾ ਬੜਾ ਪਿਆਰਾ ਆ, ਇਹ ਨਾਂ ਕਿਹਨੇ ਰੱਖਿਆ ਤੁਹਾਡਾ ਕਾਨਸ਼ਾਮ? ਸਭ ਤੋਂ ਪਹਿਲਾਂ ਮੇਰੇ ਵੱਲੋਂ ਵੀ ਅੜੀਕਾ ਪ੍ਰੋਗਰਾਮ ਦੇ ਸਮੂਹ ਦਰਸ਼ਕਾਂ ਨੂੰ ਜੈ ਭੀਮ ਜੈ ਭਾਰਤ, ਨਮਾ ਵਧਾਈ ਜੈ ਗੁਰਦੇਵ। ਬਾਕੀ ਜਿਸ ਤੱਕ ਨਾਮ ਦਾ ਸੰਬੰਧ ਹੈ, ਜਿਵੇਂ ਕਿ ਆਮ ਪਰੰਪਰਾ ਹੀ ਹੁੰਦੀ ਹੈ ਕਿ ਨਾਮ ਦਾ ਚੁਣਨਾ ਔਰ ਪੇਰੈਂਟਸ ਦਾ ਚੁਣਨਾ ਬੰਦੇ ਦੇ ਹੱਥ ਵਿੱਚ ਨਹੀਂ ਹੁੰਦਾ, ਤੇ ਨਾਮ ਵੀ ਸਾਡੇ ਮਦਰ ਬੜੇ ਧਾਰਮਿਕ ਖਿਆਲਾਂ ਦੇ ਸੀ ਤੇ ਸਾਡੇ ਨਾਨਾ ਜੀ ਧਾਰਮਿਕ ਖਿਆਲਾਂ ਦੇ ਸੀ ਤੇ ਉਹਨਾਂ ਨੂੰ ਸ਼੍ਰੀ ਕ੍ਰਿਸ਼ਨ ਨਾਲ ਕਾਫੀ ਪਿਆਰ ਸੀ ਤੇ ਕ੍ਰਿਸ਼ਨ ਦਾ ਇੱਕ ਨਾਮ ਘਨਸ਼ਾਮ ਹੈ ਤੇ ਉਹਨਾਂ ਨੇ ਮਤਲਬ ਪਿਆਰ ਦੇ ਵਿੱਚ ਮੇਰਾ ਨਾਮ ਘਨਸ਼ਾਮ ਰੱਖ ਦਿੱਤਾ ਤੇ ਉਹ ਜੋ ਰਿਕਾਰਡ ਦੇ ਵਿੱਚ ਚੱਲਿਆ ਆ ਰਿਹਾ ਤੇ ਉਹ ਲਗਾਤਾਰ ਉਹ ਚੱਲਿਆ ਆ ਰਿਹਾ ਘਨਸ਼ਾਮ। ਸਾਡੇ ਅੜੀਕਾ ਪ੍ਰੋਗਰਾਮ ਦੇ ਦਰਸ਼ਕਾਂ ਨੂੰ ਤੁਸੀਂ ਆਪਣੇ ਬਚਪਨ ਬਾਰੇ ਥੋੜਾ ਦੱਸੋਗੇ? ਬਚਪਨ ਮੇਰਾ ਜਨਮ ਐਕਚੁਅਲ ਵਿੱਚ ਤਾਂ ਜੋ ਸਾਡੇ ਮਾਤਾ ਜੀ ਕਹਿੰਦੇ ਨੇ ਕਿ ਉਹ ਪੰਜ ਹਾੜ ਨੂੰ ਦਿਨ ਸ਼ੁੱਕਰਵਾਰ ਸੀ ਤੇ ਮੀਂਹ ਬਹੁਤ ਪੈ ਰਿਹਾ ਸੀ ਉਦੋਂ ਹੋਇਆ ਸੀ, ਪਰ ਰਿਕਾਰਡ ਦੇ ਵਿੱਚ ਜਿਹੜਾ ਹੈਗਾ ਉਹ 14 ਫਰਵਰੀ 1966 ਲਿਖਿਆ ਗਿਆ ਹੈ ਤੇ ਸਾਡੇ ਮਾਤਾ ਜੀ ਹਜੇ ਵੀ 87 ਸਾਲ ਦੇ ਨੇ, ਠੀਕ ਠਾਕ ਨੇ ਤੇ ਉਹ ਕਹਿੰਦੇ ਨੇ ਕਿ 2.5 ਸਾਲ ਤੁਹਾਡੀ ਉਮਰ ਰਿਕਾਰਡ 'ਚ ਜ਼ਿਆਦਾ ਲਿਖਾਈ ਹੋਈ ਹੈ ਕਿਉਂਕਿ ਤੁਸੀਂ ਬਚਪਨ ਵਿੱਚ ਥੋੜ੍ਹਾ ਜ਼ਿਆਦਾ ਐਕਟਿਵ ਸੀ, ਸ਼ਰਾਰਤੀ ਕਹਿ ਲਓ, ਤੇ ਇਸ ਕਰਕੇ 4.5 ਸਾਲ ਦੀ ਉਮਰ ਵਿੱਚ ਹੀ 6 ਸਾਲ ਦਾ ਕਹਿ ਕੇ ਸਕੂਲ ਵਿੱਚ ਦਾਖਲ ਕਰਾ ਦਿੱਤਾ ਸੀ ਕਿ ਨਹੀਂ ਤਾਂ ਬੱਚਾ ਜ਼ਿਆਦਾ ਸ਼ਰਾਰਤਾਂ ਕਰ ਲੈ ਜਾਏਗਾ, ਪੜ੍ਹਾਈ ਵੱਲ ਧਿਆਨ ਨਹੀਂ ਹੋਊਗਾ ਤੇ ਪੜ੍ਹਾਉਣ ਦੀ ਖਾਤਰ ਉਹਨਾਂ ਨੇ 4.5 ਨੂੰ 6 ਸਾਲ ਦਾ, ਜਿੱਦਾਂ ਮਾਸਟਰ ਨੇ ਕਿਹਾ ਕਿ ਵੀ 6 ਸਾਲ ਤੋਂ ਘੱਟ ਨਹੀਂ ਲੈਣਾ, ਤੂੰ ਨਹੀਂ ਕਿਹਾ 6 ਸਾਲ ਪੂਰੇ ਕਰ ਦਿਓ। ਇਸ ਤਰੀਕੇ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਮੇਟਾਂ ਦੇ ਵਿੱਚ ਮੇਰਾ 8ਵੀਂ ਤੱਕ 5ਵੀਂ ਤੱਕ ਉਸ ਤੋਂ ਸਰਕਾਰੀ ਮਿਡਲ ਸਕੂਲ ਮੇਟਾਂ 8ਵੀਂ ਤੱਕ ਮੈਂ ਕੀਤੀ ਤੇ ਲਗਾਤਾਰ ਪੜ੍ਹਾਈ ਦੇ ਵਿੱਚ ਹੁਸ਼ਿਆਰ ਹੋਣ ਕਰਕੇ 8ਵੀਂ ਵੀ ਸਕੂਲ ਵਿੱਚ ਫਸਟ ਕੀਤੀ ਤੇ ਫਿਰ 8ਵੀਂ ਤੋਂ ਬਾਅਦ ਨੇੜੇ ਸਰਕਾਰੀ ਹਾਈ ਸਕੂਲ ਲੰਗਣ ਮੱਝਾ ਤੋਂ 9ਵੀਂ 10ਵੀਂ ਕੀਤੀ ਤੇ 9ਵੀਂ 10ਵੀਂ ਵੀ ਸਕੂਲ ਦੇ ਵਿੱਚੋਂ 70% ਨੰਬਰ ਪ੍ਰਾਪਤ ਕਰਕੇ ਫਸਟ ਪੁਜੀਸ਼ਨ ਪ੍ਰਾਪਤ ਕੀਤੀ ਤੇ ਉਸ ਸਮੇਂ 70% ਪ੍ਰਾਪਤ ਕਰਨੇ ਬਹੁਤ ਵੱਡੀ ਗੱਲ ਸਮਝੀ ਜਾਂਦੀ ਸੀ, ਜਦਕਿ ਅੱਜ ਦੇ ਸਮੇਂ ਵਿੱਚ ਤਾਂ 90-95 ਵੀ ਬਹੁਤ ਮਾਇਨੇ ਨਹੀਂ ਰੱਖਦੇ। ਤੇ ਉਸ ਤੋਂ ਬਾਅਦ ਜਿਹੜਾ ਸੀ ਪ੍ਰੈਪੋ ਤੋਂ ਹੁੰਦੀ ਸੀ, ਅੱਜ ਕੱਲ੍ਹ ਤਾਂ +1+2 ਹੈ ਤੇ ਉਹ ਕਰਨ ਲਈ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਵਿੱਚ ਮਤਲਬ ਐਡਮਿਸ਼ਨ ਲੈ ਲਿਆ ਤੇ ਉਸ ਤੋਂ ਬਾਅਦ ਉਹ ਰਾਮਗੜੇ ਕਾਲਜ ਤੋਂ ਮੈਂ ਬੀ ਏ ਕੀਤੀ 1988 ਦੇ ਵਿੱਚ ਤੇ ਹਜੇ ਬੀ ਏ ਕਰ ਹੀ ਰਿਹਾ ਸੀ ਤਾਂ ਮੇਰੀ ਜੋ ਹੈ ਜੋਬ ਸਿੰਡੀਕੇਟ ਬੈਂਕ ਵਿੱਚ ਬਤੌਰ ਕਲਰਕ ਮੈਂ ਪੇਪਰ ਦਿੱਤਾ ਹੋਇਆ ਸੀ ਤੇ ਜੇ ਰਿਜ਼ਲਟ ਆਇਆ ਰਹੀ ਸੀ ਤੇ ਮੇਰੀ ਉਹਦੇ ਵਿੱਚ ਸਿਲੈਕਸ਼ਨ ਹੋ ਗਈ ਸੀ ਸਿੰਡੀਕੇਟ ਬੈਂਕ ਦੇ ਵਿੱਚ ਤੇ ਸਿੰਡੀਕੇਟ ਬੈਂਕ ਵਿੱਚ ਬਤੌਰ ਪ੍ਰੋਬੇਸ਼ਨਰੀ ਆਫਿਸਰ ਮੈਂ ਜੁਆਇਨ ਕੀਤਾ
ਤੇ ਉਸ ਤੋਂ ਬਾਅਦ ਸ਼ਹਿਰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਨਾਲ ਨਾਲ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਨੌਕਰੀ ਕੀਤੀ। ਪਹਿਲੀ ਪੋਸਟਿੰਗ ਮੇਰੀ 1990 ਤੋਂ 95 ਨੰਗਲ ਡੈਮ, ਜਿਹਨੂੰ ਭਾਖੜਾ ਨੰਗਲ ਵੀ ਕਹਿੰਦੇ ਆ, ਉੱਥੇ ਹੋਈ। ਉਸ ਤੋਂ ਬਾਅਦ ਚੱਲ ਸੋ ਚੱਲ 1990 ਤੋਂ ਲੈ ਕੇ ਅਗਸਤ 2020 ਤੱਕ ਸਿੰਡੀਕੇਟ ਬੈਂਕ ਦੀਆਂ ਜਿੰਨੀਆਂ ਵੀ ਵੱਡੀਆਂ ਪੋਸਟਾਂ, ਚਾਹੇ ਉਹ ਪ੍ਰਵੇਸ਼ਰੀ ਆਫਿਸ ਭਰਤੀ ਹੋਣ ਤੋਂ ਬਾਅਦ ਸਿਸਟਮ ਮੈਨੇਜਰ ਸੀ, ਉਸ ਤੋਂ ਬਾਅਦ ਮੈਨੇਜਰ ਦੀ ਪਦਉਨਤੀ ਲਈ, ਮੈਨੇਜਰ ਤੋਂ ਬਾਅਦ ਸੀਨੀਅਰ ਮੈਨੇਜਰ, ਫਿਰ ਚੀਫ ਮੈਨੇਜਰ ਤੋਂ ਬਾਅਦ ਅਸਿਸਟੈਂਟ ਜਨਰਲ ਮੈਨੇਜਰ ਅਤੇ ਆਖਰ ਵਿੱਚ ਡਿਪਟੀ ਜਨਰਲ ਮੈਨੇਜਰ ਦੇ ਅਹੁਦੇ ਵਿੱਚ ਮੈਂ ਅਗਸਤ 2020 ਦੇ ਵਿੱਚ ਬਤੌਰ ਡਿਪਟੀ ਜਨਰਲ ਮੈਨੇਜਰ ਵਲੰਟਰੀ ਰਿਟਾਇਰਮੈਂਟ ਲੈ ਕੇ ਇਹ ਪ੍ਰੈਫਰੈਂਸ ਦਿੱਤੀ ਕਿ ਸਮਾਜ ਨੇ ਸਾਨੂੰ ਬਹੁਤ ਕੁਛ ਦਿੱਤਾ, ਕਿਉਂ ਨਾ ਹੁਣ ਸਮਾਜ ਨੂੰ ਕੁਛ ਵਾਪਸ ਦਿੱਤਾ ਜਾਵੇ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਵਿਚਾਰਾਂ ਤੋਂ ਅਤੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਤਰਕਸ਼ੀਲ ਬਣਿਆ ਸੀ ਅਤੇ ਤਰਕਸ਼ੀਲ ਵਿੱਚ ਹੀ ਕੰਮ ਕੀਤਾ ਸੀ ਅਤੇ ਇਸੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਸਮਤਾ, ਸੁਤੰਤਰਤਾ ਅਤੇ ਭਾਈਚਾਰੇ ਵਾਲਾ ਸਮਾਜ ਸਥਾਪਿਤ ਕਰਨ ਲਈ ਅਗਸਤ 2020 ਦੇ ਵਿੱਚ 5 ਸਾਲ ਪਹਿਲਾਂ ਮੈਂ ਸਮਾਂ ਰਹਿੰਦੀ ਵਲੰਟਰੀ ਰਿਟਾਇਰਮੈਂਟ ਲਈ ਅਤੇ ਉਸ ਤੋਂ ਬਾਅਦ ਲਗਾਤਾਰ ਜੋ ਹੈ ਸਮਾਜ ਸੇਵਾ ਦੇ ਕੰਮਾਂ ਵਿੱਚ ਜੁਟੇ ਹੋਏ ਹਾਂ ਅਤੇ ਜਿਹਦੇ ਵਿੱਚ ਫਾਈਨੈਂਸ਼ਲੀ ਤਾਂ ਕੋਲੋਂ ਮਤਲਬ ਦੇਣਾ ਹੀ ਪੈਂਦਾ ਹੈ, ਪਰ ਮਨ ਨੂੰ ਜੋ ਸਮਾਜ ਸੇਵਾ ਸਕੂਨ ਔਰ ਸ਼ਾਂਤੀ ਔਰ ਖੁਸ਼ੀ ਮਿਲਦੀ ਹੈ ਉਹ ਮਾਇਕ ਸਹਾਇਤਾ ਜਾਂ ਮਾਇਕ ਪੈਸੇ ਨਾਲੋਂ ਵੀ ਵੱਧ ਕੇ ਉਹਦਾ ਇੱਕ ਮਹੱਤਵ ਹੈ ਜ਼ਿੰਦਗੀ ਵਿੱਚ। ਤੁਸੀਂ ਦੱਸਿਆ ਜਿਵੇਂ ਕਿ ਮੈਂ ਬਹੁਤ ਵੱਡੇ ਉੱਚ ਅਹੁਦਿਆਂ ਤੇ ਪਹੁੰਚਿਆ, ਵੀ ਇੱਥੋਂ ਤੱਕ ਪਹੁੰਚਣ ਦਾ ਸਫ਼ਰ ਕਦੇ ਕੋਈ ਤੰਗੀਆਂ ਤੁਰਸ਼ੀਆਂ ਵਿੱਚੋਂ ਵੀ ਲੰਘੇ? ਦੇਖੋ ਕਾਲਜ ਟਾਈਮ ਤੱਕ ਤਾਂ ਇੱਕ ਸਾਡਾ, ਕਿਉਂਕਿ ਫਾਦਰ ਸਾਹਿਬ ਬੇਸਿਕਲੀ ਇੱਕ ਲੇਬਰ ਕਲਾਸ ਨੂੰ ਸੰਬੰਧ ਰੱਖਦੇ ਆ, ਉਹ ਕਹਿ ਲਓ ਕਿ ਜ਼ਿਆਦਾ ਤੰਗੀਆਂ ਤੁਰਸ਼ੀਆਂ ਤਾਂ ਨਹੀਂ ਕਹਿ ਸਕਦੇ, ਕਿਉਂਕਿ ਖੇਤੀਬਾੜੀ ਦੇ ਕੰਮ ਹੈ ਸਾਡੀ ਆਪਣੀ, ਸਾਡੇ ਫਾਦਰ ਸਾਹਿਬ ਨੇ ਥੋੜ੍ਹੀ ਜਿਹੀ ਜ਼ਮੀਨ ਪੰਡੋਰੀ, ਢੱਕ ਪੰਡੋਰੀ ਕਹਿੰਦੇ ਕਲਵਾੜਾ ਘੁੰਮਣਾ ਮਾਨਕਾ ਦੇ ਨੇੜੇ, ਉੱਥੇ ਉਹਨਾਂ ਨੇ ਖਰੀਦੀ ਹੋਈ ਸੀ ਅਤੇ 1985 ਤੱਕ ਅਸੀਂ ਮੇਟਾ ਪਿੰਡ ਵਿੱਚ ਰਹਿ ਜਨਮ ਹੋਇਆ ਅਤੇ 85 ਤੋਂ ਲੈ ਕੇ 1999 ਤੱਕ ਅਸੀਂ ਪੰਡੋਰੀ ਵਿਖੇ ਆਪਣੀ ਜ਼ਮੀਨ ਵਿੱਚ ਖੇਤੀਬਾੜੀ ਖੁਦ ਹੱਥੀਂ ਝੋਨਾ ਲਾਇਆ, ਕਣਕ ਵੱਢੀ ਅਤੇ ਹੋਰ ਸਾਰੇ ਕੰਮ ਕਰਦੇ ਰਹੇ, ਕਿਉਂਕਿ ਜਦੋਂ 1985 ਦੇ ਵਿੱਚ ਅਸੀਂ ਮੇਟਾ ਰਹਿੰਦੇ ਸੀ ਤਾਂ ਫਾਦਰ ਸਾਹਿਬ ਨੂੰ ਖੇਤੀਬਾੜੀ ਦਾ ਸ਼ੌਂਕ ਸੀ, ਉਹਨਾਂ ਨੇ ਸਾਨੂੰ ਕਹਿਣਾ ਕਿ ਰਾਮਗੜੀਆ ਕਾਲਜ ਵਿੱਚ ਪੜ੍ਹਨ ਤੋਂ ਬਾਅਦ ਤੁਸੀਂ ਆ ਜਾਣਾ ਪੰਡੋਰੀ ਦੇ ਵਿੱਚ ਸਾਈਕਲ ਲੈ ਕੇ ਅਤੇ ਉੱਥੋਂ ਆਪਾਂ ਖੇਤੀਬਾੜੀ ਦਾ ਕੰਮ ਕਰਕੇ ਅਤੇ ਪਿੰਡ 'ਚ ਮੱਝਾਂ ਮੇਟਾ ਰੱਖੀਆਂ ਅਤੇ ਉਹ ਪੱਠੇ ਸ਼ਗਲਾਂ ਪਿੱਛੇ ਰੱਖ ਕੇ ਅਤੇ ਆਪਾਂ ਵਾਪਸ ਆਣ ਕੇ ਮੱਝਾਂ ਨੂੰ ਕੁਤਰਾ ਕਰਕੇ ਪਾਉਣੇ ਆ ਅਤੇ ਸਵੇਰੇ ਉਹਨਾਂ ਕਹਿਣਾ ਕਿ ਕਾਲਜ ਜਾਣ ਤੋਂ ਪਹਿਲਾਂ ਤੁਸੀਂ ਜਿਹੜਾ ਹੈਗਾ ਆ ਇਹ ਮੱਝਾਂ ਦਾ ਦੁੱਧ ਮਾਡਲ ਟਾਊਨ ਫੁਗਾੜਾ ਦੇ ਵਿੱਚ ਘਰ ਘਰ ਦੇ ਕੇ ਉਸ ਤੋਂ ਬਾਅਦ ਰਾਮਗੜੀਆ ਕਾਲਜ ਦੇ ਵਿੱਚ ਜਾਣਾ, ਮੇਰਾ ਅਤੇ ਮੇਰੇ ਪਰ ਵੱਡੇ ਭਰਾ ਦੀ ਇਹੀ ਡਿਊਟੀ ਹੁੰਦੀ ਸੀ। ਪਰ ਅਸੀਂ ਘਰ ਬੈਠ ਕੇ ਸਲਾਹ ਕੀਤੀ ਕਿ ਪਿਤਾ ਜੀ ਆਪਾਂ ਰੋਜ਼ ਸਵੇਰੇ ਜਾਂਦੇ ਹਾਂ ਮੇਟਾ ਤੋਂ ਪੰਡੋਰੀ, ਫਿਰ ਪੰਡੋਰੀ ਤੋਂ ਸ਼ਾਮੀ ਵਾਪਸ ਆਉਂਦੇ ਹਾਂ ਪੱਠੇ ਲੈ ਕੇ, ਅਤੇ ਜੇਕਰ ਤੁਹਾਨੂੰ ਖੇਤੀਬਾੜੀ ਦਾ ਸ਼ੌਕ ਹੈ ਤਾਂ ਕਿਉਂ ਨਾ ਆਪਾਂ ਪੰਡੋਰੀ ਸ਼ਿਫਟ ਕਰ ਜਾਈਏ। ਅਤੇ 1985 ਵਿੱਚ ਅਸੀਂ ਉਹ ਪਿਤਾ ਜੀ ਦੇ ਖੇਤੀਬਾੜੀ ਦੇ ਸ਼ੌਕ ਕਰਕੇ ਅਸੀਂ ਪੰਡੋਰੀ ਸ਼ਿਫਟ ਕਰ ਗਏ ਅਤੇ 1990 ਦੇ ਵਿੱਚ ਮੇਰੀ ਐਜ਼ ਏ ਪ੍ਰੋਵੇਸ਼ਨਰੀ ਆਫਿਸਰ ਹੋ ਗਈ ਸੀ ਸਿਲੈਕਸ਼ਨ ਸਿੰਡੀਕੇਟ ਬੈਂਕ ਵਿੱਚ, ਅਤੇ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਨੌਕਰੀ ਦੀ ਵਜ੍ਹਾ ਕਰਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਨੌਕਰੀ ਕਰਨ ਦਾ ਮੌਕਾ ਪ੍ਰਾਪਤ ਕੀਤਾ। ਨੌਕਰੀ ਦਰਮਿਆਨ ਕਾਫ਼ੀ ਚੈਲੇਂਜਸ, ਕਾਫ਼ੀ ਮਤਲਬ ਫੇਸ ਕਰਨੇ ਪਏ, ਕਿਉਂਕਿ ਜਦੋਂ ਵੀ ਅਸੀਂ ਮਤਲਬ ਪੰਜਾਬ ਦੇ ਵਿੱਚ ਜਾਤੀਵਾਦੀ ਸਿਸਟਮ ਤਾਂ ਬਹੁਤਾ ਨਹੀਂ ਹੈਗਾ, ਪਰ ਜਦੋਂ ਅਸੀਂ ਮਤਲਬ ਯੂਪੀ ਦੇ ਵਿੱਚ ਪੋਸਟਿੰਗ ਹੋਈ ਤਾਂ ਉੱਥੇ ਕੋਈ ਵੀ ਜਿੱਦਾਂ ਮਕਾਨ ਲੈਣਾ ਕਿਰਾਏ 'ਤੇ ਤਾਂ ਉਹ ਪਹਿਲਾਂ ਹੀ ਪੁੱਛਦੇ ਆ ਕਿ ਤੁਸੀਂ ਕਿਹੜੀ ਬਰਾਦਰੀ ਨੂੰ ਸੰਬੰਧ ਰੱਖਦੇ ਹੋ। ਇੱਕ ਦੋ ਜਗ੍ਹਾ ਮਤਲਬ ਉੱਥੇ ਜਦੋਂ ਦੱਸਿਆ ਕਿ ਅਸੀਂ ਇੱਦਾਂ ਸ਼ਡਿਊਲ ਕਾਸਟ ਕਮਿਊਨਿਟੀ ਨੂੰ ਆਇਆ ਤਾਂ ਜਿਹੜੇ, ਕਿਉਂਕਿ ਆਮ ਤੌਰ 'ਤੇ ਜਿਹੜੇ ਮਕਾਨ ਮਾਲਕ ਹੁੰਦੇ ਆ ਉਹ ਸਰਮਾਏਦਾਰ ਮਤਲਬ ਕਿ ਉੱਚ ਜਾਤੀ ਦੇ ਸੋ ਕਾਲਡ ਜਿਹਨਾਂ ਨੂੰ ਸਵਰਨ ਜਾਤੀ ਕਿਹਾ ਜਾਂਦਾ ਉਹਨਾਂ 'ਚ ਹੁੰਦੇ ਸੀ ਅਤੇ ਫਿਰ ਕਮਰਾ ਦੇਣ ਤੋਂ ਮਨਾ ਕਰ ਦਿੰਦੇ ਸੀ ਅਤੇ ਜਿੱਥੇ ਸਾਡੇ ਲੋਕਾਂ ਦੀਆਂ ਬਸਤੀਆਂ ਹੁੰਦੀਆਂ ਉਹਨਾਂ ਕੋਲ ਕਿਰਾਏ 'ਤੇ ਦੇਣ ਲਈ ਜਗ੍ਹਾ ਨਹੀਂ ਹੁੰਦੀ ਸੀ ਅਤੇ ਫਿਰ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਸਾਡੇ ਨਾਲ ਦੇ ਮੈਂਬਰ ਹੁੰਦੇ ਸੀ ਉੱਥੇ ਦੇ ਲੋਕਲਾਂ ਦੀ ਮਦਦ ਦੇ ਨਾਲ ਕਈ ਵਾਰ ਝੂਠ ਬੋਲ ਕੇ ਵੀ ਮਤਲਬ ਆਪਣਾ, ਕਿਉਂਕਿ ਨੌਕਰੀ ਸੀਗੀ ਉਹ ਕਰਨ ਵਾਸਤੇ ਝੂਠ ਵੀ ਬੋਲਣਾ ਪੈਂਦਾ ਸੀ ਅਤੇ ਫਿਰ ਵਾਰ ਵਾਰ ਮਤਲਬ ਬਾਬਾ ਸਾਹਿਬ ਜੀ ਦਾ ਮਿਸ਼ਨ ਚੇਤੇ ਆਉਂਦਾ ਸੀ ਕਿ ਬਾਬਾ ਸਾਹਿਬ ਨੇ ਵੀ
ਪੜਾਈ ਦਰਮਿਆਨ ਐਵੇਂ ਉੱਚ ਪੋਸਟਾਂ ਤੇ ਲੱਗਣ ਤੋਂ ਬਾਅਦ ਵੀ ਕਿੰਨਾ ਉਹਨਾਂ ਨੂੰ ਜਾਤੀ ਪਾਤੀ ਵਿਵਸਥਾ ਦਾ ਸ਼ਿਕਾਰ ਹੋਣਾ ਪਿਆ। ਤੇ ਇਸ ਕਰਕੇ ਆਪਣੇ ਮਿਸ਼ਨ ਜੋ ਸੀ ਬਾਬਾ ਸਾਹਿਬ ਦਾ ਮਿਸ਼ਨ ਤੇ ਡਾਕਟਰ ਬਾਬਾ ਸਾਹਿਬ ਤੋਂ ਬਾਅਦ ਸ਼ਹੀਦ ਭਗਤ ਸਿੰਘ ਦਾ ਮਿਸ਼ਨ ਜੋ ਸੀ ਸਮਤਾ ਸੁਤੰਤਰਤਾ ਤੇ ਭਾਈਚਾਰੇ ਦੇ ਨਾਂ ਤੇ ਆਧਾਰਿਤ ਸਮਾਜ ਨੂੰ ਸਥਾਪਿਤ ਕੀਤਾ ਜਾਵੇ ਉੱਤੇ ਕਰਨ ਲਈ, ਨੌਕਰੀ ਸਮੇਂ ਦਰਮਿਆਨ ਵੀ ਜੋ ਸਾਡੀ ਨੌਕਰੀ ਦੇ ਟ੍ਰੇਡ ਯੂਨੀਅਨ ਹੁੰਦੀਆਂ ਉਹਦੇ ਵਿੱਚ ਵੀ ਵੱਧ ਚੜ੍ਹ ਕੇ ਕੰਮ ਕੀਤਾ, ਤੇ ਉਸ ਦੇ ਨਾਲ ਨਾਲ ਮਤਲਬ ਨੌਕਰੀ ਦੇ ਦਰਮਿਆਨ ਸੋਸ਼ਲ ਸੰਸਥਾਵਾਂ ਜਿਵੇਂ ਤਰਕੀ ਸੁਸਾਇਟੀ ਦੇ ਵਿੱਚ ਵੀ ਕਾਫੀ ਸਰਗਰਮੀ ਨਾਲ ਕੰਮ ਕੀਤਾ। ਕਿਉਂਕਿ ਸਾਨੂੰ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੂੰ ਪੜ੍ਹਿਆ ਤੇ ਉਹਨਾਂ ਨੇ ਮਤਲਬ ਇਹੀ ਕਿਹਾ ਕਿ ਜਦ ਤੱਕ ਅਸੀਂ ਆਪਣੇ ਆਪ ਨੂੰ ਕਿਸਮਤ ਬਾਤ ਤੋਂ, ਅੰਧ ਵਿਸ਼ਵਾਸ ਤੋਂ, ਕਰਮ ਕਾਂਡ ਤੋਂ ਜਾਂ ਜਨਮ ਮਨ ਦੇ ਚੱਕਰਾਂ ਤੋਂ ਛੁਟਕਾਰਾ ਨਹੀਂ ਪ੍ਰਾਪਤ ਕਰਦੇ ਵੀ ਸਾਡੀ ਮੁਕਤੀ ਦਾ ਸਾਧਨ ਅਸੀਂ ਜਿਹੜਾ ਹੈ ਉਹ ਹੋਰ ਨਹੀਂ ਕੋਈ ਹੋ ਸਕਦਾ। ਕਿਉਂਕਿ ਅਸੀਂ ਲੋਕੀ ਦਿਮਾਗ ਵਿੱਚ ਰੱਖਦੇ ਹਾਂ ਕਿ ਸਾਡੇ ਦੁੱਖਾਂ ਦਾ ਕਾਰਨ, ਸਾਡੀ ਗਰੀਬੀ ਦਾ ਕਾਰਨ ਜੋ ਸਾਨੂੰ ਇੱਕ ਬ੍ਰਾਹਮਣਵਾਦ ਜਾਂ ਹਿੰਦੂ ਧਰਮ ਫਿਲੋਸਫੀ ਜਾਂ ਜੋ ਵੀ ਧਾਰਮਿਕ ਫਿਲੋਸਫੀ ਉਹਦੇ ਵਿੱਚ ਇਹ ਕਿ ਜੋ ਤੁਸੀਂ ਪਿਛਲੇ ਜਨਮ ਵਿੱਚ ਕਰਮ ਕੀਤੇ ਆ ਉਹਦਾ ਤੁਹਾਨੂੰ ਇੱਥੇ ਫਲ ਭੋਗਣਾ ਪੈਣਾ ਹੈ, ਤੇ ਸਾਡੇ ਦੁੱਖਾਂ ਦਾ ਕਾਰਨ, ਸਾਡੀ ਗਰੀਬੀ ਦਾ ਕਾਰਨ, ਸਾਡਾ ਅਖੌਤੀ ਸੋ ਕਾਲ ਜੋ ਸਾਡੇ ਤੇ ਥੋਪੀ ਗਈ ਨੀਵੀਂ ਜਾਤੀ ਦਾ ਵਿੱਚ ਪੈਦਾ ਹੋਣ ਦੇ ਜ਼ਿੰਮੇਵਾਰ ਠਹਿਰਾਇਆ ਜਾਂਦਾ ਕਿ ਤੁਸੀਂ ਪਿਛਲੇ ਜਨਮ ਵਿੱਚ ਮਾੜੇ ਕੰਮ ਕੀਤੇ ਆ। ਪਰ ਇਸ ਫਿਲੋਸਫੀ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਔਰ ਸ਼ਹੀਦ ਅਜਮ ਭਗਤ ਸਿੰਘ ਨੇ ਮੁੱਢੋਂ ਨਕਾਰ ਦਿੱਤਾ ਤੇ ਉਹਨਾਂ ਦੇ ਮਿਸ਼ਨ ਤੇ ਚੱਲਦੇ ਹੋਏ ਮਤਲਬ ਤਰਕੀ ਸੁਸਾਇਟੀ 'ਚ ਪਹਿਲਾਂ ਕੰਮ ਕੀਤਾ ਤੇ ਉਸ ਤੋਂ ਬਾਅਦ ਰਿਟਾਇਰਮੈਂਟ ਹੋਣ ਤੋਂ ਬਾਅਦ ਅਸੀਂ ਜੋ ਇੱਥੇ ਆਰਮੀ ਸਟੇਟ ਦੇ ਵਿੱਚ ਆਪਣਾ ਮਕਾਨ ਬਣਾਇਆ ਹੋਇਆ, ਇੱਥੇ ਵੀ ਅਸੀਂ ਲਗਾਤਾਰ ਜੋ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜੋ ਮਿਸ਼ਨ ਹੈ ਉਹਨਾਂ ਦੇ ਨਾਮ ਤੇ ਡਾਕਟਰ ਅੰਬੇਡਕਰ ਕਲਚਰਲ ਐਂਡ ਲਿਟਰੇਰੀ ਐਕਟੀਵਿਟੀ ਸੈਂਟਰ ਬਣਾਇਆ ਹੋਇਆ ਹੈ ਤੇ ਸ਼੍ਰੀ ਗੁਰਦਾਸ ਸੰਸਥਾ ਦੀ ਸਥਾਪਨਾ ਕੀਤੀ ਹੈ। ਅਸੀਂ ਉਹਦੇ ਵਿੱਚ ਵੀ ਬਾਬਾ ਸਾਹਿਬ ਦਾ ਮਿਸ਼ਨ ਜੋ ਹੈ ਪੇ ਬੈਕ ਟੂ ਸੁਸਾਇਟੀ ਉਹਦੇ ਲਈ ਬਤੌਰ ਜਨਰਲ ਸਕੱਤਰ 2020 ਤੋਂ ਸੇਵਾਵਾਂ ਨਿਭਾ ਰਹੇ ਹਾਂ ਤੇ ਇਸ ਕਰਕੇ ਸਾਡੀ ਹੁਣ ਬੈਂਕ ਵੱਲੋਂ ਪੈਨਸ਼ਨ ਮਿਲ ਰਹੀ ਹੈ। ਮੀਆਂ ਬੀਬੀ ਤੇ ਮਦਰ ਨਾਲ ਇੱਥੇ ਰਹਿ ਰਿਹਾ, ਬੱਚੇ ਦੋ ਬੱਚੇ ਬੇਟੇ ਨੇ ਉਹ ਕੈਨੇਡਾ ਵਿੱਚ ਸੈਟਲ ਨੇ, ਅੱਛੇ ਕਾਲਜ ਤੋਂ ਪੜ੍ਹਾਈ ਕੀਤੀ, ਇੱਕ ਨੇ ਪੈਕ ਚੰਡੀਗੜ੍ਹ ਤੋਂ ਮਕੈਨੀਕਲ ਇੰਜੀਨੀਅਰਿੰਗ, ਦੂਜੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੈਮੀਕਲ ਇੰਜੀਨੀਅਰਿੰਗ ਤੇ ਬੇਟੀ ਨੇ MBBS ਡਾਕਟਰੀ ਪੜ੍ਹਾਈ ਕਰਨ ਤੋਂ ਬਾਅਦ ਮੈਰਿਜ ਕਰਤੀ, ਉਹ ਬਠਿੰਡਾ ਵਿੱਚ ਸਰਕਾਰੀ ਜੋਬ ਕਰ ਰਹੀ ਹੈ ਤੇ ਫਿਰ ਇਹ ਸੋਚਿਆ ਕਿ ਹੁਣ ਬੱਚੇ ਤਾਂ ਆਪਣੇ ਆਪਣੇ ਜਗ੍ਹਾ ਸੈਟਲ ਹੋ ਗਏ ਆ ਵੀ ਜੇ ਸਮਾਜ ਤੋਂ ਅਸੀਂ ਲਿਆ ਤੇ ਉਹਦੇ ਨੂੰ ਵੀ ਕੁਛ ਵਾਪਸ ਦੇਣਾ ਚਾਹੀਦਾ ਹੈ ਤੇ ਲਗਾਤਾਰ ਬਸ ਹੁਣ ਸਮਾਜ ਸੇਵਾ ਦੇ ਵਿੱਚ ਹੀ ਆਪਣਾ ਸਮਾਂ ਬਤੀਤ ਕਰ ਰਹੇ ਹਾਂ। ਤੁਸੀਂ ਜਿਵੇਂ ਦੱਸਿਆ ਕਿ ਤੁਹਾਡੀਆਂ ਪੋਸਟਿੰਗ ਵੱਖ ਵੱਖ ਸਟੇਟਾਂ 'ਚ ਬਹੁਤ ਦੂਰ ਦੁਰਾਡੇ ਰਹੀਆਂ, ਇਹ ਜਿਹੜਾ ਪ੍ਰਵਾਸ ਜਿਹਨੂੰ ਕਹਿੰਦੇ ਆ ਭੋਗਿਆ ਤੁਸੀਂ, ਇਹ ਇਕੱਲਿਆਂ ਨੇ ਕਿ ਪਰਿਵਾਰ ਨਾਲ ਸੀ? ਉਹਦਾ ਜ਼ਿਆਦਾਤਰ ਇਕੱਲਿਆਂ ਨੂੰ ਭੋਗਣਾ ਪਿਆ, ਕਰ ਰਹੇ ਸੀ ਕਿ ਜੁਆਇੰਟ ਫੈਮਿਲੀ ਸੀ, ਮਦਰ ਫਾਦਰ ਨਾਲ ਰਹਿੰਦੇ ਸੀ, ਔਰ ਦੂਸਰਾ ਜਿਹੜਾ ਬੱਚੇ ਛੋਟੇ ਸੀ ਤੇ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਦੇ ਹੋਏ ਉਹਨਾਂ ਨੂੰ ਵਧੀਆ ਇੱਕ ਸਕੂਲ ਦੇ ਵਿੱਚ ਐਜੂਕੇਸ਼ਨ ਦਿੱਤੀ ਜਾਵੇ ਤੇ ਜੇਕਰ, ਕਿਉਂਕਿ ਸਾਡੀ ਪੋਸਟਿੰਗ 2 ਤੋਂ 3 ਸਾਲ ਬਾਅਦ ਸਾਡੀ ਟ੍ਰਾਂਸਫਰ ਹੁੰਦੀ ਰਹਿੰਦੀ ਹੈ ਤੇ ਬਾਰ ਬਾਰ ਬੱਚਿਆਂ ਨੂੰ ਡਿਸਟੈਬਲਾਈਜ਼ ਕਰਨਾ ਕਿ ਉਹਨਾਂ ਨੂੰ ਨਵੇਂ ਸਕੂਲਾਂ ਵਿੱਚ ਜਾਣਾ, ਉੱਥੇ ਉਹਨਾਂ ਨੂੰ ਸਟੈਬਲਿਸ਼ ਹੋਣ 'ਚ ਦਿੱਕਤ ਆਉਂਦੀ ਹੈ, ਇਸ ਕਰਕੇ ਉਹਨਾਂ ਨੂੰ ਫਗਵਾੜਾ ਸਾਮੀ ਸਵਾਦਾ ਸਕੂਲ ਦੇ ਵਿੱਚ ਸ਼ੁਰੂ ਤੋਂ ਐਡਮਿਸ਼ਨ ਕਰਾ ਕੇ ਪਲੱਸ ਟੂ ਇੱਥੋਂ ਹੀ ਕਰਾਈ ਤੇ ਉਸ ਤੋਂ ਬਾਅਦ ਬੇਟੀ ਨੇ ਜਿੱਦਾਂ MBBS ਕੀਤੀ ਗੌਰਮੈਂਟ ਮੈਡੀਕਲ ਅੰਮ੍ਰਿਤਸਰ ਚਲ ਗਈ, ਬੱਚੇ ਪਲੱਸ ਟੂ ਤੋਂ ਬਾਅਦ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਜਿਹੜੇ ਕਾਲਜ ਵਿੱਚ ਚਲ ਗਏ ਤੇ ਮਦਰ ਫਾਦਰ ਨਾਲ ਹੋਣ ਕਰਕੇ ਫਿਰ ਉਹਨਾਂ ਨੂੰ ਇਕੱਲੇ ਛੱਡਣਾ ਮੁਸ਼ਕਲ ਸੀ, ਉਹ ਬਜ਼ੁਰਗ ਹੋਣ ਕਰਕੇ ਉਹਨਾਂ ਨੂੰ ਨਾਲ ਲਿਜਾਣਾ ਵੀ ਔਖਾ ਸੀ, ਇਸ ਕਰਕੇ ਜ਼ਿਆਦਾ ਪ੍ਰਵਾਸ ਮੈਨੂੰ ਇਕੱਲੇ ਨੂੰ ਹੀ ਕਰਨਾ ਪਿਆ ਤੇ ਮੇਰੀ ਵਾਈਫ ਨੇ ਪੇਰੈਂਟਸ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਔਰ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਨੂੰ ਬਹੁਤ ਖੂਬੀ ਨਾਲ ਨਿਭਾਉਂਦੇ ਹੋਏ ਮਤਲਬ ਕੀਤਾ ਤੇ ਹਮੇਸ਼ਾ ਹੁਣ ਤੱਕ ਸਾਥ ਦੇ ਰਹੇ ਨੇ। ਜਿਹੜਾ ਅਰਬਨ ਸਟੇਟ ਫਗਵਾੜਾ ਵਿੱਚ ਤੁਸੀਂ ਇੱਕ ਬਹੁਤ ਵੱਡਾ ਭਵਨ, ਬਹੁਤ ਵਧੀਆ ਖੂਬਸੂਰਤ ਭਵਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ, ਬਾਬਾ ਸਾਹਿਬ ਦੇ ਨਾਮ ਤੇ ਬਣਾਇਆ, ਉਹਦੇ ਵਿੱਚ ਤੁਹਾਨੂੰ ਕੋਈ ਇਕਨੋਮਿਕਲੀ ਤੰਗੀ ਤਾਂ ਨਹੀਂ ਆਉਂਦੀ? ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਾਡਾ ਪਿੰਡ ਪਹਿਲਾਂ ਮੇਟਾ ਫਿਰ ਪੰਡੋਰੀ ਸੀ, ਉਸ ਤੋਂ ਬਾਅਦ ਨੌਕਰੀ ਲੱਗ ਗਏ ਤੇ ਨੌਕਰੀ
ਤੋਂ ਜਦੋਂ ਵੱਖ ਵੱਖ ਕਦੀ ਯੂਪੀ ਟ੍ਰਾਂਸਫਰ ਹੋ ਗਈ, ਕਦੀ ਬੰਗਲੌਰ ਹੋ ਗਈ, ਕਦੀ ਅਹਿਮਦਾਬਾਦ ਹੋ ਗਈ, ਕਦੀ ਮੇਰਠ ਹੋ ਗਈ, ਮਤਲਬ ਉਹ ਫਿਰ ਘਰ ਵਾਪਸ ਆਉਣ ਲਈ ਬੜੀ ਦਿੱਕਤ ਆਉਂਦੀ ਸੀ, ਕਿਉਂਕਿ ਫੈਮਿਲੀ ਇੱਥੇ ਰਹਿੰਦੀ ਸੀ ਪਿੰਡ ਪੰਡੋਰੀ ਦੇ ਵਿੱਚ। ਤੇ ਫਿਰ ਅਸੀਂ 1999 ਦੇ ਵਿੱਚ ਇੱਥੇ ਆਰਬਨ ਸਟੇਟ ਜੋ ਪੁੱਡਾ ਦੀ ਕਲੋਨੀ ਹੈ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ, ਇਹਨਾਂ ਦੀ ਅਲੋਟਮੈਂਟ ਪਲਾਟ ਦੀ ਕਰਵਾ ਕੇ ਇੱਥੇ ਮਕਾਨ ਬਣਾਇਆ। ਤੇ 99 ਵਿੱਚ ਜਦੋਂ ਅਸੀਂ ਇੱਥੇ ਕਦੀ ਸਵੇਰੇ ਸ਼ਾਮੀ ਸੈਰ ਕਰਦੇ ਸੀ ਤਾਂ ਜੋ ਬਾਬਾ ਸਾਹਿਬ ਅੰਬੇਡਕਰ ਦੇ ਫੋਲੋਅਰ, ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਫੋਲੋਅਰ ਜਾਂ ਸ਼ਹੀਦੀ ਆਜ਼ਮ ਭਗਤ ਸਿੰਘ ਦੇ ਫੋਲੋਅਰ ਜਦੋਂ ਗਾਹ ਬੰਦ ਸੋਚ ਵਾਲੇ ਸੈਰ ਕਰਦੇ ਸੀ ਤਾਂ ਸਾਡੇ ਮਨ ਵਿੱਚ ਇਹੀ ਹੁੰਦਾ ਸੀ ਕਿ ਅਸੀਂ ਇਹਨਾਂ ਮਹਾਂਪੁਰਸ਼ਾਂ ਦੀ ਬਦੌਲਤ ਮਤਲਬ ਉੱਚ ਵੱਡੀਆਂ ਨੌਕਰੀਆਂ ਤੇ ਲੱਗ ਕੇ ਆਪਣੇ ਬੱਚੇ ਵੀ ਵਧੀਆ ਪੜ੍ਹਾ ਰਹੇ ਹਾਂ, ਮਕਾਨ ਵੀ ਵਧੀਆ ਲੈ ਲਏ, ਕਾਰਾਂ ਕੋਠੀਆਂ ਵੀ ਸਾਡੇ ਕੋਲ ਹੈਗੀਆਂ ਨੇ। ਪਰ ਜੋ ਸਾਡਾ ਸਮਾਜ ਹਜੇ ਵੀ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਹ ਜਹਾਲਤ ਔਰ ਗਰੀਬੀ ਭਰੀ ਔਰ ਅਨਪੜ੍ਹ ਦਾ ਜ਼ਿੰਦਗੀ ਜੀਉ ਰਿਹਾ ਵੀ, ਤੇ ਉਹਨਾਂ ਵਾਸਤੇ ਸਾਨੂੰ ਬਾਬਾ ਸਾਹਿਬ ਦਾ ਜੋ ਮਿਸ਼ਨ ਹੈ ਕਿ ਬਾਬਾ ਸਾਹਿਬ ਨੇ ਉਲਾਂਭਾ ਦਿੱਤਾ ਸੀ ਕਿ ਮੈਨੂੰ ਮੇਰੇ ਸਮਾਜ ਦੇ ਪੜ੍ਹੇ ਲਿਖੇ ਲੋਕਾਂ ਨੂੰ ਧੋਖਾ ਦਿੱਤਾ ਵੀ ਆਪਾਂ ਉਸ ਉਲਾਂਭੇ ਨੂੰ ਦੂਰ ਕਰਨ ਲਈ ਇੱਕ ਇਹੋ ਜਿਹੀ ਸੰਸਥਾ ਬਣਾਈ ਜਾਵੇ ਜੋ ਕਿ ਉਸਦੇ ਮਿਸ਼ਨ ਜੋ ਸਮਾਜ ਨੂੰ ਵਾਪਸ ਦੇਣ ਦਾ ਪੇ ਬੈਕ ਟੂ ਸਟੀ ਮਿਸ਼ਨ ਉੱਤੇ ਪੂਰਾ ਕੀਤਾ ਜਾਵੇ। ਤੇ ਅਸੀਂ 1999 ਦੇ ਵਿੱਚ ਸ਼੍ਰੀ ਗੁਰਦਾਸ ਮਹਾਰਾਜ ਦੇ ਨਾਂ ਤੇ ਸ਼੍ਰੀ ਗੁਰਦਾਸ ਸਭਾ ਰਜਿਸਟਰਡ ਕਰਵਾਈ ਤੇ ਉਸ ਤੋਂ ਬਾਅਦ 2004 ਦੇ ਵਿੱਚ ਪੰਜਾਬ ਗੌਰਮੈਂਟ ਵੱਲੋਂ ਮਤਲਬ ਜੋ ਸੰਸਥਾਵਾਂ ਵਧੀਆ ਸਮਾਜ ਖੇਤਰ ਵਿੱਚ ਕੰਮ ਕਰ ਰਹੀਆਂ ਸੀ ਉਹਨਾਂ ਨੂੰ ਪਲਾਟ ਦੀ ਅਲੋਟਮੈਂਟ ਕੀਤੀ ਗਈ ਤੇ ਅਸੀਂ 88 ਮਰਲੇ ਜਗ੍ਹਾ ਪੰਜਾਬ ਗੌਰਮੈਂਟ ਕੋਲੋਂ ਇੱਥੇ ਡਾਕਟਰ ਅੰਬੇਡਕਰ ਭਵਨ ਤੇ ਸ਼੍ਰੀ ਗੁਰਦਾਸ ਭਵਨ ਦੀ ਸਾਰੀ ਵਾਸਤੇ ਸ਼੍ਰੀ ਗੁਰਦਾਸ ਸਭਾ ਦੇ ਨਾਂ ਤੇ ਅਸੀਂ ਉਹਨਾਂ ਦੀ ਅਲੋਟਮੈਂਟ ਕਰਾਈ ਤੇ ਬਕਾਇਦਾ ਅਸੀਂ ਮੈਂਬਰਾਂ ਨੇ ਤੇ ਹੋਰ ਦਾਨੀ ਸੱਜਣਾ ਤੋਂ ਪੈਸੇ ਇਕੱਠੇ ਕਰਕੇ ਲਗਭਗ 15 ਲੱਖ ਰੁਪਏ ਦੀ 2004 ਦੇ ਵਿੱਚ ਰਜਿਸਟਰੀ ਕਰਾਈ ਤੇ ਸਭ ਤੋਂ ਪਹਿਲਾਂ ਸ਼੍ਰੀ ਗੁਰਦਾਸ ਭਵਨ ਦਾ ਨਿਰਮਾਣ ਕੀਤਾ ਗਿਆ ਤੇ ਉਸ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਭਵਨ ਤੁਸੀਂ ਜ਼ਿਕਰ ਕੀਤਾ, ਦੋ ਬਹੁਤ ਹੀ ਸ਼ਾਨਦਾਰ ਬਿਲਡਿੰਗਾਂ 88 ਮਰਲੇ ਜਗ੍ਹਾ ਦੇ ਵਿੱਚ ਨੇ। ਜਿਵੇਂ ਕਿ ਮੈਂ ਦੱਸ ਰਿਹਾ ਸੀ ਕਿ ਅਸੀਂ ਪੰਜਾਬ ਸਰਕਾਰ ਕੋਲੋਂ 88 ਮਰਲੇ ਜਗ੍ਹਾ ਦੀ ਅਲੋਟਮੈਂਟ ਕਰਵਾ ਕੇ ਉੱਥੇ ਪਹਿਲਾਂ 2004 ਦੇ ਵਿੱਚ ਸ਼੍ਰੀ ਗੁਰਦਾਸ ਭਵਨ ਦਾ ਨਿਰਮਾਣ ਤੇ ਫਿਰ ਉਸ ਦੇ ਨਾਲ ਹੀ ਡਾਕਟਰ ਅੰਬੇਡਕਰ ਭਵਨ ਦਾ ਨਿਰਮਾਣ ਸ਼ੁਰੂ ਕੀਤਾ ਤੇ ਦੋਨੋਂ ਬਿਲਡਿੰਗਾਂ ਦੇ ਲਗਭਗ ਜੋ ਹੈ ਨਿਰਮਾਣ 2014 ਦੇ ਵਿੱਚ ਸ਼੍ਰੀ ਗੁਰਦਾਸ ਭਵਨ ਦਾ ਨਿਰਮਾਣ ਹੋ ਚੁੱਕਾ ਸੀ ਤੇ ਫਸਟ ਫਲੋਰ ਜੋ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਭਵਨ ਦੇ ਦੀ ਜੋ ਸਾਰੀ ਹੋ ਚੁੱਕੀ ਸੀ ਤੇ ਅਸੀਂ ਇਹ ਸੋਚਿਆ ਕਿ ਹੁਣ ਇਹਨਾਂ ਦੀ ਭਵਨਾਂ ਦੀ ਸਾਰੀ ਤਾਂ ਹੋ ਗਈ ਹੈ, ਇਹਦੇ ਵਿੱਚ ਕੋਈ ਐਕਟੀਵਿਟੀ ਵੀ ਸ਼ੁਰੂ ਕੀਤੀਆਂ ਜਾਣ ਤੇ ਸਭ ਤੋਂ ਪਹਿਲਾਂ ਅਸੀਂ ਇੱਥੇ ਜੋ ਐਕਟੀਵਿਟੀ ਸ਼ੁਰੂ ਕੀਤੀ 2014 ਦੇ ਵਿੱਚ ਉਹ ਜੋ ਸਾਡੇ ਸਮਾਜ ਦੇ ਪੜ੍ਹੇ ਲਿਖੇ ਬੱਚੇ BA MA ਜਾਂ ਹੋਰ ਡਿਗਰੀਆਂ ਦਾ ਕਰ ਲੈਂਦੇ ਨੇ ਪਰ ਉਸ ਤੋਂ ਬਾਅਦ ਉਹਨਾਂ ਨੂੰ ਇਹ ਨਹੀਂ ਪਤਾ ਨਹੀਂ ਲੱਗਦਾ ਕਿ ਸਰਕਾਰੀ ਨੌਕਰੀਆਂ ਕਿਵੇਂ ਪ੍ਰਾਪਤ ਕਰਨੀਆਂ ਨੇ, ਉਹ BA MA ਕਰਕੇ ਘਰ ਬੈਠ ਜਾਂਦੇ ਨੇ ਤੇ ਬਹੁਤੇ ਬੱਚਿਆਂ ਨੂੰ ਲੱਗਦਾ ਕਿ ਸ਼ਾਇਦ ਸਰਕਾਰ ਵੱਲੋਂ ਸਾਨੂੰ ਚਿੱਠੀ ਆਏਗੀ ਕਿ ਉੱਥੇ ਆਣ ਕੇ ਨੌਕਰੀ ਪ੍ਰਾਪਤ ਕਰ ਲਓ। ਫਿਰ ਅਸੀਂ ਉਦੋਂ ਕੀਤਾ ਕਿ ਇਲਾਕੇ ਭਰ ਦੇ ਆਲੇ ਦੁਆਲੇ ਦੇ 40-50 ਪਿੰਡਾਂ ਦੇ ਵਿੱਚ ਜਾ ਕੇ ਪੋਸਟਰ ਪੈਂਫਲੇਟ ਵੰਡੇ ਕੇ ਅਸੀਂ ਡਾਕਟਰ ਅੰਬੇਡਕਰ ਭਵਨ ਅਰਬਨ ਸਟੇਟ ਵਿਖੇ ਫ੍ਰੀ ਆਫ ਕੋਸਟ ਇੱਕ ਕੋਚਿੰਗ ਸੈਂਟਰ ਦਾ ਸਥਾਪਨਾ ਕੀਤੀ ਹੈ ਜਿਹਦੇ ਵਿੱਚ ਜੋ ਬੱਚਾ ਗਰੀਬ ਪੜ੍ਹ ਲਿਖ ਕੇ ਬੇਰੁਜ਼ਗਾਰ ਹੈ ਉਹਨਾਂ ਨੂੰ ਸਰਕਾਰੀ ਨੌਕਰੀ ਕਿਵੇਂ ਪ੍ਰਾਪਤ ਕਰਨੀ ਹੈ ਉਹਦੇ ਵਾਸਤੇ ਅਸੀਂ ਕੋਚਿੰਗ ਦੇ ਰਹੇ ਹਾਂ ਤੇ ਸ਼ੁਰੂ ਵਿੱਚ ਸਾਨੂੰ ਬੱਚਿਆਂ ਦੀ ਘਾਟ ਰਹੀ। ਫਿਰ ਅਸੀਂ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਵੀ ਦੇਣਾ ਸ਼ੁਰੂ ਕੀਤਾ ਕਿ ਕਿਉਂਕਿ ਗਰੀਬ ਬੱਚੇ ਦੂਰੋਂ ਆਉਂਦੇ ਨੇ ਉਹਨਾਂ ਨੂੰ ਮੁਫ਼ਤ ਕਿਤਾਬਾਂ ਵੀ ਪ੍ਰੋਵਾਈਡ ਕੀਤੀਆਂ ਤੇ ਉਹਦੇ ਵਿੱਚ ਸਾਨੂੰ ਕਾਫੀ ਸਫਲਤਾ ਮਿਲੀ ਤੇ ਹੁਣ ਤੱਕ 2014 ਤੋਂ 2024 ਚੱਲ ਰਿਹਾ ਸਾਡੇ 46 ਬੈਚ ਕੋਚਿੰਗ ਕਲਾਸਾਂ ਦੇ ਚੱਲ ਚੁੱਕੇ ਨੇ। ਅਸੀਂ ਹੁਣ ਤੱਕ 2500 ਤੋਂ ਵੱਧ ਬੱਚਿਆਂ ਨੂੰ ਇੱਥੇ ਕੋਚਿੰਗ ਦੇ ਚੁੱਕੇ ਹਾਂ ਤੇ ਉਹਨਾਂ ਦੇ ਵਿੱਚੋਂ ਸਾਡੇ 57 ਬੱਚੇ ਸਰਕਾਰੀ ਨੌਕਰੀਆਂ ਜਿਵੇਂ ਬੈਂਕਿੰਗ, ਪੰਜਾਬ ਪੁਲਿਸ, ਰੇਲਵੇ, ਸਟਾਫ ਸਿਲੈਕਸ਼ਨ ਕਮਿਸ਼ਨ ਵਿੱਚ ਸਿਲੈਕਟ ਹੋਏ ਤੇ ਹੋਰ ਬਹੁਤ ਸਾਰੇ ਬੱਚੇ ਪ੍ਰਾਈਵੇਟ ਨੌਕਰੀਆਂ ਵਿੱਚ ਵੀ ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ ਤੇ ਹੁਣ ਜਿੱਥੇ ਅਸੀਂ ਪਹਿਲਾਂ ਕੋਚਿੰਗ ਕਲਾਸਾਂ ਮੈਨੂਅਲ ਦਿੰਦੇ ਸੀ ਅਸੀਂ ਹਰ ਪੀਰੀਅਡ ਇੰਗਲਿਸ਼, ਰੀਜਨਿੰਗ, ਮੈਥ ਔਰ ਜਨਰਲ ਨੌਲੇਜ ਵਾਸਤੇ ਅਸੀਂ ਟੀਚਰਾਂ ਕੋਲ ਪੜ੍ਹਾਈ ਕਰਵਾਉਂਦੇ ਸੀ ਤੇ ਸਾਡਾ ਖਰਚਾ ਇੱਕ ਲੈਕਚਰ ਵਾਸਤੇ 800 ਤੋਂ ਅਸੀਂ 1000 ਰੁਪਏ ਇੱਕ ਟੀਚਰ ਨੂੰ ਦਿੰਦੇ ਸੀ ਤੇ ਸਾਡਾ ਜੋ 45 ਦਿਨ ਦਾ ਬੈਚ ਹੁੰਦਾ ਸੀ ਉਹਦੇ ਉੱਪਰ ਲਗਭਗ ਮਹੀਨੇ ਬੈਚ ਕੰਪਲੀਟ ਕਰਨ ਦਾ 1 ਲੱਖ ਤੋਂ 1.5 ਲੱਖ ਦੇ ਕਰੀਬ ਖਰਚਾ ਆ ਜਾਂਦਾ ਸੀ ਤੇ ਫਿਰ ਅਸੀਂ ਇਹ ਸੋਚਿਆ ਕਿ ਖਰਚਾ ਬਹੁਤ ਜ਼ਿਆਦਾ ਆਉਂਦਾ ਤੇ ਫਿਰ ਅਸੀਂ ਪਿਛਲੇ ਲਗਭਗ 2-3 ਸਾਲ ਤੋਂ ਔਨਲਾਈਨ ਕਲਾਸਾਂ ਚਲਾ ਰਹੇ ਨੇ ਅਸੀਂ ਪ੍ਰੋਜੈਕਟਰ
ਔਰ ਬਰੋਡਬੈਂਡ ਦੀ ਸੁਵਿਧਾ, ਕੰਪਿਊਟਰ ਦੀ ਸੁਵਿਧਾ ਅਤੇ ਫੁੱਲੀ ਸਮਾਰਟ ਕਲਾਸਰੂਮ ਏਸੀ ਲੱਗਾ ਹੋਇਆ ਉਹਦੀ ਅਸੀਂ ਵਿਵਸਥਾ ਕੀਤੀ। ਅਤੇ ਅਸੀਂ ਜੋ ਇੰਡੀਆ ਦੀਆਂ ਟੋਪ ਮੋਸਟ ਔਨਲਾਈਨ ਕੋਚਿੰਗ ਇੰਸਟੀਚਿਊਟ ਨੇ ਜਿਵੇਂ ਅਨ ਅਕੈਡਮੀ ਹੈ, ਕੈਰੀਅਰ ਵਿਲ ਹੈ, 24/7 ਅੱਡਾ ਹੈ ਔਰ ਅਰੋੜਾ ਕਲਾਸਿਸ ਹੈ, ਉਹਨਾਂ ਕੋਲ ਅਸੀਂ ਜਦੋਂ ਵੱਖ ਵੱਖ ਨੌਕਰੀਆਂ ਨਿਕਲਦੀਆਂ ਨੇ ਜਿਵੇਂ ਅੱਜ ਕੱਲ੍ਹ ਵੱਖ ਵੱਖ ਸਰਕਾਰੀ ਬੈਂਕਾਂ ਦੇ ਵਿੱਚ 6700 ਦੇ ਕਰੀਬ ਵੈਕੈਂਸੀ ਹੈ ਔਰ ਸਟਾਫ ਸਿਲੈਕਸ਼ਨ ਕਮਿਸ਼ਨ ਜੋ ਕਿ ਸੈਂਟਰ ਗੌਰਮੈਂਟ ਦੀ ਭਰਤੀ ਕਰਦਾ ਹੈ ਉਹਦੇ ਵਿੱਚ 17000 ਵੈਕੈਂਸੀ ਆ। 1 ਜੁਲਾਈ ਤੋਂ ਸਾਡਾ ਉਹਨਾਂ ਨੂੰ ਨੌਕਰੀਆਂ ਪ੍ਰਾਪਤ ਕਰਨ ਲਈ ਕੋਚਿੰਗ ਦੇਣ ਦਾ ਬੈਚ ਚੱਲ ਰਿਹਾ ਹੈ ਅਤੇ ਸਾਡੇ ਕੋਲ ਬੱਚੇ ਕਾਫੀ ਗਿਣਤੀ ਵਿੱਚ ਜੋ ਪੜ੍ਹੇ ਲਿਖੇ ਆ ਉਹ ਪ੍ਰਾਪਤ ਕਰ ਰਹੇ ਨੇ। ਅਤੇ ਇਹ ਬਿਲਕੁਲ ਮੈਂ ਇੱਥੇ ਤੁਹਾਡੇ ਮਾਧਿਅਮ ਤੋਂ ਅਪੀਲ ਕਰਦਾ ਕਿ ਇਲਾਕੇ ਭਰ ਦਾ ਜੋ ਵੀ ਬੱਚਾ ਇਰਰਿਸਪੈਕਟ ਉਹ ਕਾਸਟ, ਕਲਰ, ਕ੍ਰੀਡ, ਕਿਸੇ ਵੀ ਧਰਮ ਜਾਤੀ ਦਾ ਹੋਵੇ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ। ਅਤੇ ਜੋ ਬਿਲਕੁਲ ਜ਼ਿਆਦਾ ਗਰੀਬ ਬੱਚੇ ਨੇ ਉਹਨਾਂ ਨੂੰ ਅਸੀਂ ਬਿਲਕੁਲ ਫ੍ਰੀ ਸਿਰਫ 100 ਰੁਪਏ ਕ੍ਰਿਸ਼ਨ ਫੀਸ ਲਈਦੀ ਹੈ ਅਤੇ ਉਹਦੇ ਨਾਲ ਨਾਲ ਅਸੀਂ ਜੋ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਜੋ ਕਿ ਲਗਭਗ 800 ਤੋਂ 1000 ਰੁਪਏ ਦੀ ਇੱਕ ਬੁੱਕ ਆਉਂਦੀ ਹੈ, 4-4 ਕਿਤਾਬਾਂ ਦਾ ਸੈੱਟ ਵੀ ਉਹਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਹਾਂ। ਅਤੇ ਵਿਚਕਾਰ ਰਿਸੈਸ ਦੇ ਟਾਈਮ 'ਤੇ ਉਹਨਾਂ ਨੂੰ ਰਿਫਰੈਸ਼ਮੈਂਟ ਚਾਹ ਦਾ ਇੰਤਜ਼ਾਮ ਵੀ ਕਰਦੇ ਹਾਂ। ਅਤੇ ਜੇਕਰ ਬੱਚਾ ਕਿਛੀ ਫੈਮਿਲੀ ਤੋਂ ਆਉਂਦਾ ਅਫੋਰਡ ਕਰ ਸਕਦਾ ਉਹ ਵਲੰਟਰਲੀ ਜਿੰਨੇ ਵੀ ਕੋਈ 500-2000 ਦੇ ਸਕਦਾ ਅਤੇ ਕੋਈ ਫਿਕਸ ਫੀਸ ਨਹੀਂ ਹੈ। ਪਰ ਜ਼ਿਆਦਾਤਰ ਸਾਡੇ ਕੋਲ ਫ੍ਰੀ ਵਾਲੇ ਬੱਚੇ ਹੀ ਆਉਂਦੇ ਨੇ, 1-2 ਬੱਚੇ ਨੇ ਜਿਨ੍ਹਾਂ ਨੇ 1000 ਰੁਪਏ ਜਾਂ ਕੋਈ 2000 ਰੁਪਏ ਫੀਸ ਦਿੱਤੀ ਹੁੰਦੀ ਹੈ, ਬਾਕੀ ਸਾਰੇ ਫ੍ਰੀ ਕਰ ਰਹੇ ਨੇ। ਅਤੇ ਇਸ ਕਰਕੇ ਮੇਰੀ ਅਪੀਲ ਹੈ ਕਿ ਜਿਹੜੇ ਵੀ ਬੱਚੇ ਪੜ੍ਹ ਲਿਖ ਗਏ ਨੇ ਉਹਨਾਂ ਦਾ ਜੋ ਇਹ ਵੈਕੈਂਸੀਆਂ ਨਿਕਲੀਆਂ ਨੇ ਇਹਦੇ ਵਿੱਚ ਉਹਨਾਂ ਨੇ ਅਪਲਾਈ ਕੀਤਾ ਹੋਇਆ ਹੈ ਤਾਂ ਸਾਡੇ ਕੋਲ ਆਣ ਕੇ ਕੋਚਿੰਗ ਪ੍ਰਾਪਤ ਕਰੋ ਤਾਂ ਕਿ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਗਾਈਡ ਕਰਕੇ ਵੀ ਐਗਜ਼ਾਮ ਜੋ ਹੈ ਉਹਨੂੰ ਕਿਵੇਂ ਕਰੈਕ ਕਰੀਦਾ ਹੈ, ਕਿਵੇਂ ਅੱਗੇ ਨੌਕਰੀ ਪ੍ਰਾਪਤ ਕਰੀ ਉਹਦਾ ਫਾਇਦਾ ਉਠਾ ਸਕਣ। ਅਤੇ ਇਸ ਦੇ ਨਾਲ ਹੀ ਸਾਡੀ ਸੰਸਥਾਵਾਂ ਦਾ ਮੈਂ ਹੋਰ ਦੱਸਣਾ ਚਾਹੁੰਦਾ ਹਾਂ ਕਿ ਸਿਰਫ ਕੋਚਿੰਗ ਕਲਾਸਾਂ ਹੀ ਨਹੀਂ, ਅਸੀਂ ਪਿਛਲੇ 8 ਸਾਲਾਂ ਤੋਂ ਫ੍ਰੀ ਡਿਸਪੈਂਸਰੀ ਵੀ ਚਲਾ ਰਹੇ ਹਾਂ ਕਿਉਂਕਿ ਸਾਡੀ ਆਪਣੀ ਸੰਸਥਾ ਦੇ ਜੋ 181 ਮੈਂਬਰ ਨੇ ਉਹਨਾਂ ਵਿੱਚ 17 ਕੁਆਲੀਫਾਈਡ ਡਾਕਟਰ ਨੇ, MBBS, MD ਨੇ ਔਰ 4 ਤਾਂ ਜੋ ਸਭ ਤੋਂ ਵੱਡੀ ਡਿਗਰੀ ਹੁੰਦੀ ਹੈ DM ਦੀ, ਉਹ ਕਾਰਡੀਓਲੋਜੀ, ਅੰਕੋਲੋਜੀ, ਨਿਊਰੋਸਰਜਨ ਵਗੈਰਾ ਦੇ ਵੀ ਸਾਡੇ ਕੋਲ 4 DM ਡਾਕਟਰ ਨੇ। ਅਤੇ ਅਸੀਂ ਵੈਸੇ ਇੱਕ ਪੇਡ ਡਾਕਟਰ ਰੱਖਿਆ ਜੋ ਡੇਲੀ ਜੋ ਹੈ ਉਹ ਡਿਸਪੈਂਸਰੀ ਦੀਆਂ ਸੇਵਾਵਾਂ ਦੇ ਰਿਹਾ ਅਤੇ ਉਹਦੇ ਵਿੱਚ ਕੋਈ ਵੀ ਨੀਡੀ ਪਰਸਨ ਆਣ ਕੇ ਦਵਾਈਆਂ ਵੀ ਫ੍ਰੀ ਸਾਡੇ ਕੋਲ ਲੈਂਦਾ ਹੈ। ਅਤੇ ਇਸ ਦੇ ਨਾਲ ਨਾਲ ਅਸੀਂ ਉੱਪਰ ਇੱਕ ਜਿੰਮ ਦੀ ਵਿਵਸਥਾ ਵੀ ਕੀਤੀ ਹੋਈ ਹੈ ਡਾਕਟਰ ਅੰਬੇਡਕਰ ਭਵਨ ਦੇ ਫਸਟ ਫਲੋਰ ਵਿੱਚ, ਵਧੀਆ ਜਿੰਮ ਦੀ ਵਿਵਸਥਾ, ਉਹ ਵੀ ਓਪਨ ਹੈ, ਉਹ ਵੀ ਫ੍ਰੀ ਹੈ। ਅਤੇ ਉਹਦੇ ਨਾਲ ਨਾਲ ਸਾਡੇ ਕੋਲ ਲਾਇਬ੍ਰੇਰੀ, ਬਹੁਤ ਵਧੀਆ ਲਾਇਬ੍ਰੇਰੀ ਹੈ ਜਿੱਥੇ ਹਾਈਟੈਕ ਅਸੀਂ ਕੰਪਿਊਟਰ ਦਾ ਪ੍ਰਬੰਧ ਕੀਤਾ ਹੋਇਆ, ਬਰੋਡਬੈਂਡ ਦੀ ਵਿਵਸਥਾ ਹੈ, ਬੱਚੇ ਆਉਂਦੇ ਨੇ ਉੱਥੇ ਬੈਠ ਕੇ ਵੀ ਆਪਣੀ ਸਟੱਡੀ ਕਰਦੇ ਨੇ। ਉਹਦੇ ਨਾਲ ਨਾਲ ਅਸੀਂ ਜੋ ਗਰੀਬ ਲੜਕੀਆਂ ਜ਼ਿਆਦਾ ਪੜ੍ਹ ਲਿਖ ਨਹੀਂ ਸਕਦੀਆਂ, 8ਵੀਂ 10ਵੀਂ ਪਾਸ ਨੇ, 18 ਸਾਲ ਤੋਂ 35 ਸਾਲ ਦੀਆਂ ਲੜਕੀਆਂ ਵਾਸਤੇ ਅਸੀਂ ਸਿਲਾਈ ਸੈਂਟਰ ਵੀ ਚਲਾ ਰਹੇ ਹਾਂ, ਉਹ ਵੀ ਫ੍ਰੀ ਕੋਸਟ ਹੈ ਔਰ 6 ਮਹੀਨੇ ਦੇ ਕੋਰਸ ਤੋਂ ਬਾਅਦ ਅਸੀਂ ਜੋ ਲੜਕੀਆਂ ਕੋਰਸ ਕਰਦੀਆਂ ਨੇ ਉਹਨਾਂ ਨੂੰ ਫ੍ਰੀ ਸਿਲਾਈ ਮਸ਼ੀਨ ਵੀ ਇੱਕ ਅਸੀਂ ਸੰਸਥਾ ਵੱਲੋਂ ਫ੍ਰੀ ਦਿੰਦੇ ਹਾਂ। ਅਤੇ ਇਹਦੇ ਨਾਲ ਨਾਲ ਜਿਵੇਂ ਸਾਡੇ ਬਹੁਤੇ ਮੈਂਬਰ ਹੁਣ ਰਿਟਾਇਰਮੈਂਟ ਦੀ ਏਜ ਦੇ ਨੇ ਜਾਂ ਰਿਟਾਇਰ ਹੋ ਚੁੱਕੇ ਨੇ ਉਹਨਾਂ ਵਾਸਤੇ ਅਸੀਂ ਇੱਕ ਰੀਕ੍ਰੀਏਸ਼ਨ ਹਾਲ ਦੀ ਵੀ ਵਿਵਸਥਾ ਕੀਤੀ ਹੋਈ ਹੈ ਜਿਹੜਾ ਡੇਲੀ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਖੁੱਲ੍ਹਦਾ ਹੈ ਅਤੇ ਉਹਦੇ ਵਿੱਚ ਸਾਡੇ ਜੋ ਅਰਬਨ ਸਟੇਟ ਦੇ ਜਾਂ ਹੋਰ ਆਸ ਪਾਸ ਦੇ ਰਿਟਾਇਰੀ ਮੈਂਬਰ ਨੇ ਉਹ ਆਣ ਕੇ ਬੈਠਦੇ ਨੇ। ਸਾਡੇ ਕੋਲ ਫੁੱਲੀ AC ਰੀਕ੍ਰੀਏਸ਼ਨ ਹਾਲ ਹੈ ਜਿਹਦੇ ਵਿੱਚ ਉਹਨਾਂ ਬਜ਼ੁਰਗਾਂ ਦੇ ਬੈਠਣ ਲਈ ਵਿਵਸਥਾ, ਚਾਹ ਪਾਣੀ ਦੀ ਵਿਵਸਥਾ, ਅਖਬਾਰਾਂ ਦੀ ਵਿਵਸਥਾ, TV ਦਾ ਪ੍ਰਬੰਧ ਕੀਤਾ ਹੋਇਆ ਅਤੇ ਉਹ ਬੈਠ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਨੇ, ਟੈਨਸ਼ਨਾਂ ਤੋਂ ਆਪਣੀ ਮੁਕਤੀ ਪ੍ਰਾਪਤ ਕਰਦੇ। ਉਹਦੇ ਨਾਲ ਨਾਲ ਸਾਰੇ ਕਲਾਸ 1 ਆਫਿਸਰ ਨੇ ਮੈਕਸੀਮਮ ਵਧੀਆ ਪੜ੍ਹੇ ਲਿਖੇ ਨੇ, ਉਹ ਸਮਾਜ ਨੂੰ ਅੱਗੇ ਹੋਰ ਕਿਵੇਂ ਵਧਾਇਆ ਜਾਵੇ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਉਹਦੇ ਬਾਰੇ ਵਿਚਾਰ ਚਰਚਾ ਹੁੰਦੀਆਂ ਰਹਿੰਦੀਆਂ ਨੇ। ਅਤੇ ਇਸ ਦੇ ਨਾਲ ਹੀ ਜੋ ਗਰਾਊਂਡ ਫਲੋਰ ਉੱਪਰ ਸਾਡਾ ਮਲਟੀਪਰਪਜ਼ ਫੁੱਲੀ AC ਹਾਲ ਹੈ ਜਿਹਦੇ ਵਿੱਚ 300 ਬੰਦੇ ਦੀ ਬੈਠਣ ਦੀ ਕਪੈਸਿਟੀ ਹੈ, ਉਹਦੇ ਵਿੱਚ ਜੋ ਹਰ ਤਰ੍ਹਾਂ ਦੇ ਖੁਸ਼ੀ ਗਮੀ ਦੇ ਫੰਕਸ਼ਨ
ਚਾਹੇ ਉਹ ਗਰੀਬ ਬੱਚਿਆਂ ਦੀ ਸ਼ਾਦੀ ਹੋਵੇ ਜਾਂ ਕੋਈ ਗਮੀ ਦੇ ਫੰਕਸ਼ਨ, ਬਜ਼ੁਰਗ ਦੀ ਡੈਥ ਤੋਂ ਬਾਅਦ ਉਹਨਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਹੁੰਦੇ ਨੇ, ਅਤੇ ਉਹਦੇ ਨਾਲ ਨਾਲ ਇਲਾਕੇ ਦੀਆਂ ਜੋ ਲਿਟਰੇਰੀ ਸਾਹਿਤਕ ਸੰਸਥਾਵਾਂ ਨੇ ਉਹ ਵੀ ਸਮੇਂ ਸਮੇਂ 'ਤੇ ਉਹ ਹਾਲ ਦੇ ਵਿੱਚ ਆਪਣੇ ਪ੍ਰੋਗਰਾਮ ਕਰਦੇ ਰਹਿੰਦੇ ਨੇ। ਅਤੇ ਸਾਡਾ ਜੋ ਇਹਨਾਂ ਨੂੰ ਚਲਾਉਣ ਦਾ ਖਰਚਾ ਜੋ ਲਗਭਗ ਹਰ ਮਹੀਨੇ ਦਾ 1 ਲੱਖ ਤੋਂ 1.5 ਲੱਖ ਦਾ ਹੈ, ਤੁਸੀਂ ਪੁੱਛਿਆ ਕਿ ਫਾਈਨੈਂਸ਼ਲੀ ਤੁਹਾਡਾ ਮਤਲਬ ਕਿਵੇਂ ਇਹ ਖਰਚੇ ਪੂਰੇ ਹੁੰਦੇ ਨੇ, ਅਤੇ ਉਹਦਾ ਮੈਂ ਇਹ ਕਹਾਂਗਾ ਕਿ ਸਾਡੇ ਜੋ 181 ਮੈਂਬਰ ਨੇ ਅਸੀਂ ਹਰ ਮਹੀਨੇ ਆਪਣੀ ਪੈਨਸ਼ਨ ਵਿੱਚੋਂ, ਆਪਣੀ ਸੈਲਰੀ ਵਿੱਚੋਂ ਜਾਂ ਆਪਣੇ ਜੋ ਵੀ ਬਿਜ਼ਨਸ ਦਾ ਸਾਡੀ ਸਾਧਨ ਹੈ ਆਮਦਨ ਦਾ, ਉਹਦੇ ਵਿੱਚੋਂ ਆਲਮੋਸਟ 50 ਤੋਂ ਵੱਧ ਮੈਂਬਰ ਜੋ ਹੈ 1000, 1500, 2000, ਈਵਨ ਕਈ ਮੈਂਬਰ 5000 ਵੀ ਦਿੰਦੇ ਨੇ, ਕਿਉਂਕਿ ਜੋ ਸਾਡਾ ਖਰਚਾ ਹੈ 40 ਕਿਲੋਵਾਟ ਦੇ ਸਾਡੇ ਕੋਲ ਬਿਜਲੀ ਦੇ ਕਨੈਕਸ਼ਨ ਨੇ, ਫਿਰ ਲਾਇਬ੍ਰੇਰੀ ਦਾ ਖਰਚਾ, ਫਿਰ ਡਿਸਪੈਂਸਰੀ ਦਾ ਖਰਚਾ, ਡਾਕਟਰ ਦੀ ਤਨਖਾਹ, ਕੇਅਰ ਟੇਕਰ ਦਾ ਦੀ ਵਿਵਸਥਾ ਰੱਖੀ 24 ਘੰਟੇ ਉਹਦੀ ਸੈਲਰੀ, ਅਤੇ ਹੋਰ ਜੋ ਖਰਚੇ ਬਣਾਉਣ ਪੂਰਾ ਕਰਨ ਵਾਸਤੇ ਸਾਡਾ ਆਪਸੀ ਕੰਟਰੀਬਿਊਸ਼ਨ ਦੇ ਚੱਲਦਾ ਹੈ, ਅਤੇ ਬਾਕੀ ਜਿਹੜੇ ਫੰਕਸ਼ਨ ਹੁੰਦੇ ਨੇ ਉਹਨਾਂ ਵਿੱਚੋਂ ਵੀ ਕਈ ਜੋ ਸਾਧਨ ਸੰਪੰਨ ਲੋਕ ਨੇ ਸਾਨੂੰ ਆਪਣੇ ਵਲੰਟੀਅਰ ਲਈ ਡੋਨੇਸ਼ਨ ਦੇ ਦਿੰਦੇ ਨੇ, ਅਤੇ ਫਾਈਨਾਂਸ ਦੇ ਵਿੱਚ ਸਾਨੂੰ ਕਦੀ ਵੀ ਕੋਈ ਦਿੱਕਤ ਨਹੀਂ ਆਈ, ਕਿਉਂਕਿ ਜੋ ਵੀ ਪ੍ਰੋਜੈਕਟ ਅਸੀਂ ਲਿਖਦੇ ਹਾਂ ਜੋ ਆਲੇ ਦੁਆਲੇ ਦੇ ਦਾਨੀ ਸੱਜਣ ਨੇ ਜੋ ਕਿ ਵਧੀਆ ਸੋਚ ਰੱਖਦੇ ਨੇ, ਵੱਧ ਚੜ੍ਹ ਕੇ ਫਾਈਨਾਂਸ ਦੇ ਸਾਡਾ ਸਹਿਯੋਗ ਕਰਦੇ ਨੇ। ਇਸ ਤਰ੍ਹਾਂ ਸਾਡਾ ਜੋ ਇਹ ਮਿਸ਼ਨ ਹੈ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ, ਅਤੇ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ 20 ਅਗਸਤ ਵਿੱਚ ਵਲੰਟਰੀ ਰਿਟਾਇਰਮੈਂਟ ਲੈਣ ਤੋਂ ਬਾਅਦ ਇੱਕ ਹੋਲ ਟਾਈਮਰ ਦੇ ਤੌਰ 'ਤੇ ਸ਼੍ਰੀ ਗੁਰਦਾਸ ਸਭਾ ਵੱਲੋਂ ਜੋ ਡਾਕਟਰ ਅੰਬੇਡਕਰ ਕਲਚਰਲ ਲਿਟਰੇਰੀ ਸੈਂਟਰ ਚਲਾਇਆ ਜਾ ਰਿਹਾ, ਜਿਹਦੇ ਵਿੱਚ ਪਹਿਲਾਂ ਦੱਸੇ ਜੋ ਪ੍ਰੋਜੈਕਟ ਚਲਾ ਰਹੇ ਨੇ, ਮੈਂ ਬਤੌਰ ਸਭਾ ਦੇ ਜਨਰਲ ਸਕੱਤਰ, ਮੇਰੀ ਦੂਜੀ ਟਰਮ ਚੱਲ ਰਹੀ ਹੈ ਸਾਡੀ ਸੰਸਥਾ ਦੀ, 2 ਸਾਲ ਦੀ ਟਰਮ ਹੁੰਦੀ ਹੈ, ਅਤੇ ਹਰ 2 ਸਾਲ ਬਾਅਦ ਸਾਡੇ ਜਨਰਲ ਇਜਲਾਸ ਬੁਲਾ ਕੇ ਅਸੀਂ 2 ਸਾਲਾਂ ਵਿੱਚ ਕੀਤੇ ਕੰਮਾਂ ਦਾ ਲਿਖਾ ਜੋਖਾ ਅਸੀਂ ਸਾਰਾ ਮਤਲਬ ਰਿਟਰਨ ਦੇ ਵਿੱਚ ਦੇਈਦਾ, ਅਤੇ ਉਹਦੇ ਨਾਲ ਨਾਲ ਬੈਲੈਂਸ ਸ਼ੀਟ ਬਣਾ ਕੇ ਆਪਣੇ ਮੈਂਬਰਾਂ ਨੂੰ ਵੀ ਅਸੀਂ ਹਿਸਾਬ ਕਿਤਾਬ ਜੋ ਸਾਡੀ ਸੰਸਥਾ ਦਾ ਕਿੰਨੀ ਇਨਕਮ ਹੋਈ, ਕਿੰਨਾ ਖਰਚਾ ਆਇਆ, ਉਹਦੀ ਆਡਿਟ ਕਰਾ ਕੇ ਪੇਸ਼ ਕਰੀਦਾ ਹੈ, ਅਤੇ ਇਹਦੇ ਨਾਲ ਹੀ ਅਸੀਂ ਆਪਣੀ ਸੰਸਥਾ ਦੀ ਇਨਕਮ ਟੈਕਸ ਰਿਟਰਨ ਵੀ ਫਾਈਲ ਕਰਦੇ ਹਾਂ ਇਨਕਮ ਟੈਕਸ ਡਿਪਾਰਟਮੈਂਟ ਵਿੱਚ, ਬਕਾਇਦਾ ਪ੍ਰੋਫੈਸ਼ਨਲ ਚਾਰਟਰਡ ਅਕਾਊਂਟੈਂਟ ਕੋਲੋਂ ਉਹਦੀ ਆਡਿਟ ਕਰਵਾ ਕੇ, ਅਤੇ ਸਾਨੂੰ ਜਿਹੜਾ ਹੈਗਾ ਇਸ ਗੱਲ ਦਾ ਮਾਣ ਹੈ ਕਿ ਅੱਜ ਤੱਕ ਸਾਡੀ ਸੰਸਥਾ ਦੇ ਉੱਪਰ ਹਰ ਤਰ੍ਹਾਂ ਦਾ ਜੋ ਵੀ ਫਾਈਨਾਂਸ ਸੰਬੰਧੀ ਜੋ ਸਾਡੇ ਪ੍ਰੋਜੈਕਟ ਹੁੰਦੇ ਨੇ ਸਾਖਤਾ ਹੁੰਦਾ ਬੜਾ ਟਰਾਂਸਪੇਰੈਂਟ ਹੈ, ਸਾਡੀ ਵੈਬਸਾਈਟ ਹੈ ਸੰਸਥਾ ਦੀ, ਅਸੀਂ ਉਹਦੇ ਉੱਪਰ ਵੀ ਆਪਣੀ ਬੈਲੈਂਸ ਸ਼ੀਟ ਨੂੰ ਅਪਲੋਡ ਕਰੀਦਾ ਹੈ, ਉਹਦੇ ਨਾਲ ਨਾਲ ਅਸੀਂ ਸਾਰੇ ਮੈਂਬਰਾਂ ਨੂੰ ਬੈਲੈਂਸ ਸ਼ੀਟ ਦੀਆਂ ਕਾਪੀਆਂ ਵੀ ਫਿਜ਼ੀਕਲੀ ਜੋ ਹੈ ਰੂਪ ਦੇ ਵਿੱਚ ਉਹਨਾਂ ਨੂੰ ਵੰਡੀ ਦੀਆਂ ਨੇ, ਅਤੇ ਆਪਣੀ ਸੰਸਥਾ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਾਡਾ ਗੂਗਲ ਪੇਜ ਹੈ, ਇੱਕ ਯੂਟਿਊਬ ਚੈਨਲ ਵੀ ਬਣਾਇਆ ਹੋਇਆ ਹੈ, ਵੈਬਸਾਈਟ ਵੀ ਸਾਡੀ ਬਣੀ ਹੋਈ ਹੈ, ਅਸੀਂ ਪਿਛਲੇ ਗੁਰੂ ਗੁਰਦਾਸ ਮਹਾਰਾਜ ਦੇ ਗੁਰਪੁਰਬ 'ਤੇ ਸਾਡੀ ਸੰਸਥਾ ਨੂੰ 25 ਸਾਲ ਹੋ ਗਏ ਸੀ, 25 ਸਾਲਾਂ ਅਸੀਂ ਸਿਲਵਰ ਜੁਬਲੀ ਮਨਾਇਆ, ਅਤੇ ਉਹਦੇ ਵਿੱਚ ਅਸੀਂ ਇੱਕ ਸੋਬੀਨਾਰ ਵੀ ਕੱਢਿਆ ਜਿਹਦੇ ਵਿੱਚ ਬਹੁਤ 25 ਸਾਲਾਂ ਦਾ ਇਤਿਹਾਸ ਜੋ ਸੰਸਥਾ ਦਾ ਸੀ ਉਹਦਾ ਵਰਣਨ ਕੀਤਾ ਗਿਆ, ਅਤੇ ਸਾਰੇ ਸੰਸਥਾ ਦੇ ਮੈਂਬਰਾਂ ਵੱਲੋਂ ਉਹਦੇ ਵਿੱਚ ਵਧਾਈ ਸੰਦੇਸ਼ ਦਿੱਤੇ ਗਏ, ਵਧੀਆ ਵਧੀਆ ਰਾਈਟਰਾਂ ਵੱਲੋਂ ਉਹਦੇ ਵਿੱਚ, ਬਾਬਾ ਸਾਹਿਬ ਸ਼੍ਰੀ ਗੁਰਦਾਸ ਜੀ, ਬੁੱਧਾ ਜੀ ਅਤੇ ਹੋਰ ਪ੍ਰੋਗਰੈਸਿਵ ਸੋਚ ਦੇ ਲੇਖਕਾਂ ਵੱਲੋਂ ਜੋ ਹੈ ਉਹਦੇ ਵਿੱਚ ਆਰਟੀਕਲ ਦਿੱਤੇ ਗਏ, ਅਤੇ ਉਹ ਜਿੱਥੇ ਅਸੀਂ ਗੁਰੂ ਗੁਰਦਾਸ ਗੁਰਪੁਰਬ 'ਤੇ ਧਾਰਮਿਕ ਪ੍ਰੋਗਰਾਮ ਕੀਤੇ, ਅਸੀਂ ਉੱਥੇ ਇੱਕ ਬਹੁਤ ਹੀ ਵਧੀਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਔਰ ਸ਼੍ਰੀ ਗੁਰਦਾਸ ਮਹਾਰਾਜ ਸਮਰਪਿਤ ਇੱਕ ਕਵੀ ਦਰਬਾਰ ਵੀ ਕਰਵਾਇਆ ਸੀ, ਅਤੇ ਉਹਦੇ ਵਿੱਚ ਵੀ ਕਵੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ, ਅਤੇ ਸਾਲ ਦੇ ਵਿੱਚ ਅਸੀਂ ਘੱਟ ਤੋਂ ਘੱਟ ਜੋ 4 ਫਿਕਸ ਪ੍ਰੋਗਰਾਮ ਨੇ ਸਾਡੇ, ਜਿਹਦੇ ਵਿੱਚ ਸ਼੍ਰੀ ਗੁਰਦਾਸ ਮਹਾਰਾਜ ਜੀ ਦਾ ਜਨਮ ਦਿਨ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ 14 ਅਪ੍ਰੈਲ, 6 ਦਸੰਬਰ ਪੀਰਨਵਾਨ ਦੇ ਵਿੱਚ, ਅਤੇ ਬੁੱਧ ਜਯੰਤੀ ਜੋ ਹੈ ਮਈ ਮਹੀਨੇ ਵਿੱਚ ਆਉਂਦੀ ਹੈ, ਅਸੀਂ 4 ਪ੍ਰੋਗਰਾਮ ਕਰੀਦੇ ਨੇ, ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਨਮ ਦਿਨ 'ਤੇ ਅਸੀਂ ਹਰ ਸਾਲ ਵੱਡੇ ਪੱਧਰ 'ਤੇ ਜਨਮ ਦਿਨ ਮਨਾਈਦਾ ਹੈ, ਜਿਹਦੇ ਵਿੱਚ ਅਸੀਂ ਇਲਾਕੇ ਭਰ ਦੇ ਜੋ ਸਰਕਾਰੀ ਸਕੂਲ ਨੇ ਉਹ 8ਵੀਂ 10ਵੀਂ ਅਤੇ 12ਵੀਂ ਵਿੱਚੋਂ ਜੋ ਬੱਚੇ ਫਸਟ ਸੈਕਿੰਡ ਥਰਡ ਆਉਂਦੇ ਨੇ ਅਸੀਂ ਉਹਨਾਂ ਨੂੰ ਵਿੱਦਿਆ ਦੇ ਖੇਤਰ ਵਿੱਚ ਹੋਰ ਉਤਸ਼ਾਹਿਤ ਕਰਨ ਲਈ ਕੈਸ਼ ਪ੍ਰਾਈਜ਼, ਮੈਮੈਂਟੋ, ਸਰਟੀਫਿਕੇਟ ਅਤੇ ਕਿਤਾਬਾਂ ਦੇ ਕੇ ਸਨਮਾਨਿਤ ਕਰਦੇ ਹਾਂ, ਅਤੇ ਇਸ ਸਾਲ 14 ਅਪ੍ਰੈਲ 'ਤੇ ਅਸੀਂ 109 ਬੱਚਿਆਂ ਨੂੰ ਸਨਮਾਨਿਤ ਕੀਤਾ ਸੀ, ਅਤੇ ਇਸ ਦੇ ਨਾਲ ਨਾਲ ਜਿਹੜੇ ਬੱਚੇ ਮੈਰਿਟ ਦੇ ਵਿੱਚ ਆਉਂਦੇ ਨੇ ਪਰ ਉਹ ਗਰੀਬ ਹੋਣ ਕਰਕੇ ਅੱਗੇ ਹਾਇਰ ਐਜੂਕੇਸ਼ਨ ਨਹੀਂ ਪ੍ਰਾਪਤ ਕਰ ਸਕਦੇ,
ਅਸੀਂ ਹਰ ਸਾਲ ਮਿਨੀਮਮ 5 ਬੱਚਿਆਂ ਨੂੰ ਵੀ ਅਸੀਂ ਸਪੋਂਸਰ ਕਰਦੇ ਹਾਂ ਹਾਇਰ ਐਜੂਕੇਸ਼ਨ ਵਾਸਤੇ, ਅਤੇ ਗਰੀਬ ਬੱਚੇ ਉਹਦਾ ਵੀ ਸਾਡੇ ਕੋਲੋਂ ਫਾਇਦਾ ਲੈ ਕੇ ਅੱਗੇ ਹਾਇਰ ਐਜੂਕੇਸ਼ਨ ਦੇ ਪ੍ਰਾਪਤ ਕਰਦੇ ਨੇ। ਅਤੇ ਕਹਿਣ ਦਾ ਮਤਲਬ ਕਿ ਸਾਡਾ ਜੋ ਮੇਨ ਜੋ ਮਕਸਦ ਹੈ ਕਿ ਬਾਬਾ ਸਾਹਿਬ ਦਾ ਬਈ ਸਮਤਾ, ਸੁਤੰਤਰਤਾ, ਸਮਾਨਤਾ, ਭਾਈਚਾਰਾ ਅਤੇ ਨਿਆਂ ਅਤੇ ਅਧਾਰਤ ਸਮਾਜ ਦੀ ਸਥਾਪਨਾ ਕਰਨਾ, ਅਤੇ ਉਹ ਸਾਡਾ ਮਿਸ਼ਨ ਹੈ। ਅਤੇ ਸਾਡੀ ਸੰਸਥਾ ਦੇ ਸਾਰੇ ਮੈਂਬਰ ਇੱਕ ਟੀਮ ਦੀ ਤਰ੍ਹਾਂ ਤਨ ਮਨ ਧਨ ਦੇ ਨਾਲ ਸਹਿਯੋਗ ਕਰਕੇ ਇਸ ਮਿਸ਼ਨ ਵਿੱਚ ਅੱਗੇ ਵੱਧ ਰਹੇ ਨੇ। ਆਮ ਦੇਖਣ ਵਿੱਚ ਆਇਆ ਹੈ ਜਦੋਂ ਸਮਾਜ ਸੇਵੀ ਕੰਮਾਂ ਲਈ ਕੋਈ ਘਰੋਂ ਨਿਕਲਦਾ ਆ ਜਾਂ ਇਸ ਮਿਸ਼ਨ ਨਾਲ ਜੁੜਦਾ ਆ ਤੇ ਬੜੀਆਂ ਦੁਸ਼ਵਾਰੀਆਂ ਰਸਤੇ ਵਿੱਚ ਆਉਂਦੀਆਂ ਹੈ। ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕੋਈ ਕੌੜਾ ਤਜਰਬਾ ਹੋਇਆ? ਦੇਖੋ, ਜ਼ਿੰਦਗੀ ਦੇ ਵਿੱਚ ਮਿੱਠੇ ਕੌੜੇ ਤਜਰਬੇ ਹੁੰਦੇ ਰਹਿੰਦੇ ਨੇ, ਜਿਵੇਂ ਕਿ ਕਾਲਜ ਟਾਈਮ ਤੋਂ ਹੀ ਬਾਬਾ ਸਾਹਿਬ ਨੂੰ ਪੜ੍ਹ ਕੇ, ਸ਼ਹੀਦੀ ਆਜ਼ਮ ਪਾਕਿਸਤਾਨ ਦੀ ਬੁੱਕ ਪੜ੍ਹ ਕੇ ਕਿ ਮੈਂ ਨਾਸਤਕ ਕਿਉਂ ਹੈ, ਤੇ ਇੱਕ ਤਰੀਕੇ ਨਾਲ ਤਰਕਸ਼ੀ ਲਹਿਰ ਦੇ ਨਾਲ ਜੁੜ ਗਏ ਸੀਗੇ। ਤਰਕਸ਼ੀ ਲਹਿਰ 'ਚ ਕੰਮ ਕਰਦਿਆਂ ਜੋ ਸਮਾਜ ਦੇ ਵਿੱਚ ਕੁਰੀਤੀਆਂ ਨੇ, ਅੰਧ ਵਿਸ਼ਵਾਸ ਹੈ, ਮਾਨਸਿਕ ਰੋਗਾਂ ਦਾ ਕਿਵੇਂ ਨਿਪਟਾਰਾ ਕਰਨਾ ਹੈ ਜਾਂ ਸਾਡੇ ਜਿਹੜੇ ਅਸੀਂ ਵਹਿਮ ਭਰਮ ਅੰਧ ਵਿਸ਼ਵਾਸ ਨੂੰ ਕਿਵੇਂ ਦੂਰ ਕਰਨਾ ਹੈ, ਉਹਦੇ ਵਿੱਚ ਬੜਾ ਤਰਕਸ਼ੀ ਸ਼ਟੀ ਨਾਲ ਕੰਮ ਕੀਤਾ। ਉਸ ਤੋਂ ਬਾਅਦ ਨੌਕਰੀ ਦੀ ਵਜ੍ਹਾ ਕਰਕੇ ਦੇਸ਼ ਦੇ ਵਿੱਚ ਜੋ ਹੈ ਪੂਰੇ ਭਾਰਤ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ। ਅਤੇ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਜਦੋਂ ਵੀ ਕਿਤੇ ਬਾਹਰ ਜਾਓ ਜਾਂ ਕਮਰਾ ਪ੍ਰਾਪਤ ਕਰਨ ਲਈ ਅਤੇ ਜਾਂ ਫਿਰ ਆਪਣੇ ਦਫ਼ਤਰ ਦੇ ਵਿੱਚ, ਉੱਥੇ ਜਦੋਂ ਪਤਾ ਲੱਗਦਾ ਸੀ ਕਿ ਦੂਸਰੀ ਸਟੇਟ ਤੋਂ ਹੈ ਔਰ ਇੱਕ ਸ਼ਡਿਊਲ ਕਾਸਟ ਕਮਿਊਨਿਟੀ ਦਾ, ਅਤੇ ਕਾਫ਼ੀ ਉਹਨਾਂ ਨੇ ਮਤਲਬ ਕਿ ਸਟਾਫ ਦੇ ਕੋਲੋਂ ਹੀ ਅਤੇ ਈਵਨ ਕਸਟਮਰ ਕੋਲੋਂ ਵੀ ਕਈ ਵਾਰੀ ਕਈ ਪੱਪ ਸ਼ਬਦ ਸੁਣਨੇ ਪੈਂਦੇ ਸੀ। ਬੰਦੇ ਦਾ ਪੈਦਾ ਹੋਣਾ ਆਪਣੇ ਬਸ ਵਿੱਚ ਤਾਂ ਨਹੀਂ ਹੁੰਦਾ ਵੀ ਕਿਹੜੇ ਧਰਮ, ਕਿਹੜੀ ਜਾਤੀ ਅਤੇ ਕਿਹੜੇ ਮੁਲਕ ਦੇ ਕਿਹੜੇ ਸ਼ਹਿਰ ਵਿੱਚ ਪੈਦਾ ਹੁੰਦਾ ਹੈ, ਪਰ ਉਹਨੂੰ ਅੱਗੇ ਆਪਣੇ ਜੀਵਨ ਨੂੰ ਕਿਵੇਂ ਬਸਰ ਕਰਨਾ ਹੈ, ਉਹ ਕਿਸ ਤਰੀਕੇ ਨਾਲ ਉਹਦੀ ਆਪਣੀ ਰਹਿਣੀ ਬਹਿਣੀ ਸਹਿਣੀ ਨੂੰ ਕਰਨਾ, ਉਹ ਬੰਦੇ ਦੇ ਬਸ ਵਿੱਚ ਹੁੰਦਾ ਹੈ। ਕਿ ਜਿਵੇਂ ਮੈਂ ਦੱਸ ਰਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਵੀ ਆਪਣੇ ਸਮੇਂ ਦਿਨਾਂ ਚਾਹੇ ਕਿ ਉਹ ਪੜ੍ਹ ਲਿਖ ਕੇ ਬਹੁਤ ਵੱਡੀਆਂ ਪੋਸਟਾਂ 'ਤੇ ਲੱਗ ਗਏ ਸੀ, ਪਰ ਉਹਨਾਂ ਨੂੰ ਵੀ ਜਾਤੀ ਵਿਵਸਥਾ ਦਾ ਸ਼ਿਕਾਰ ਹੋਣਾ ਪਿਆ ਸੀ। ਅਤੇ ਉਸੇ ਤਰੀਕੇ ਨਾਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਹੋ ਜਿਹੇ ਸੰਵਿਧਾਨ ਦੀ ਰਚਨਾ ਕੀਤੀ ਕਿ ਜਿਹਦੇ ਵਿੱਚ ਸਾਰੇ ਮਨੁੱਖ ਸਮਾਜ ਦੇ ਵਿੱਚ ਸੰਵਿਧਾਨ ਦੀਆਂ ਨਜ਼ਰਾਂ ਵਿੱਚ ਬਰਾਬਰ ਨੇ, ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ, ਸਾਰੇ ਹੀ ਜੋ ਮਨੁੱਖ ਬਰਾਬਰਤਾ ਵਾਲੇ ਨੇ। ਪਰ ਫਿਰ ਵੀ ਜੋ ਲੋਕਾਂ ਦੀ ਬ੍ਰਾਹਮਣਵਾਦੀ ਸੋਚ ਦੇ ਵਿੱਚ ਦਿਮਾਗ 'ਚੋਂ ਕੀੜਾ ਜਾਂਦਾ ਨਹੀਂ ਹੈ, ਫਿਰ ਵੀ ਜਦੋਂ ਪਤਾ ਲੱਗਦਾ ਹੈ ਕਿ ਬੇਸ਼ੱਕ ਉੱਚ ਅਧਿਕਾਰੀ, ਮੈਂ ਜਿਵੇਂ ਦੱਸਿਆ ਕਿ ਡਿਪਟੀ ਜਨਰਲ ਮੈਨੇਜਰ ਦੀ ਪੋਸਟ ਤੱਕ ਵੀ ਪਹੁੰਚ ਗਿਆ, ਅਤੇ ਮੂੰਹ 'ਤੇ ਤਾਂ ਕਿਸੇ ਦੀ ਵੀ ਹਿੰਮਤ ਨਹੀਂ ਹੁੰਦੀ ਕਿ ਇੱਕ ਆਪਣੇ ਬੌਸ ਨੂੰ ਕਹੇ ਵੀ ਜਾਤੀ ਦਾ, ਪਰ ਪਿੱਠ ਪਿੱਛੇ ਮਤਲਬ ਕਾਫ਼ੀ ਪਤਾ ਲੱਗਦਾ ਸੀ ਕਿ ਯਾਰ ਇਹ ਜਿਹਨੇ ਸਾਡਿਆਂ ਪਿੰਡਾਂ ਦੇ ਵਿੱਚ ਸਾਡੀ ਇਹ ਸੇਵਾ ਕਰਦੇ ਹੁੰਦੇ ਸੀ ਅਤੇ ਹੁਣ ਸਾਡੇ ਸਿਰਾਂ 'ਤੇ ਆਣ ਕੇ ਬੈਠ ਗਏ ਨੇ। ਅਤੇ ਪਰ ਆਪਾਂ ਇੱਦਾਂ ਦੀ ਗੱਲਾਂ ਦੀ ਕਦੀ ਪਰਵਾਹ ਨਹੀਂ ਕੀਤੀ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ। ਅਤੇ ਉਸਦਾ ਵਜ੍ਹਾ ਸੀ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਪੜ੍ਹਿਆ ਸੀ, ਸ਼ਹੀਦੀ ਆਜ਼ਮ ਪਾਕਿਸਤਾਨ ਨੂੰ ਪੜ੍ਹਿਆ ਸੀ, ਅਤੇ ਉਹਨਾਂ ਦੀ ਸੋਚ 'ਤੇ ਚੱਲਦੇ ਹੋਏ ਕਿ ਕਿਵੇਂ ਸਮਾਜ ਨੂੰ ਵਧੀਆ ਸਮਾਜ ਬਣਾਉਣਾ ਹੈ, ਕਿਉਂਕਿ ਸਵਰਗ ਨਰਕ ਕਿਤੇ ਨਹੀਂ ਹੈ, ਉਹ ਇਸ ਧਰਤੀ ਉੱਪਰ ਹੀ ਹੈ। ਇਸ ਧਰਤੀ ਨੂੰ ਹੀ ਵਧੀਆ ਬਣਾਉਣ ਲਈ, ਬਰਾਬਰੀ ਵਾਲਾ ਸਮਾਜ ਪੈਦਾ ਕਰਨ ਲਈ ਹਮੇਸ਼ਾ ਮਤਲਬ ਜਿੰਨੀਆਂ ਵੀ ਸੰਸਥਾਵਾਂ ਵਿੱਚ ਕੰਮ ਕੀਤਾ ਵੱਧ ਚੜ੍ਹ ਕੇ ਕੀਤਾ ਹੈ। ਅਤੇ ਹੁਣ ਵੀ ਜਿਸ ਸੰਸਥਾ ਵਿੱਚ ਅਸੀਂ ਕੰਮ ਕਰ ਰਹੇ ਹਾਂ ਆਰਮਨ ਸਟੇਟ ਫਗਵਾੜਾ ਦੇ ਵਿੱਚ, ਇੱਥੇ ਜਿਵੇਂ ਮੈਂ ਦੱਸਿਆ 181 ਮੈਂਬਰ ਨੇ, ਉਹ ਸਾਰੇ ਆਲੇ ਦੁਆਲੇ ਦੇ ਲਗਭਗ 100 ਪਿੰਡਾਂ ਦੇ ਜੋ ਵਧੀਆ ਵਧੀਆ ਪੋਸਟਾਂ ਲੱਗੇ ਸੀ, ਉਹਨਾਂ ਨੇ ਮਕਾਨ ਬਣਾ ਕੇ ਇੱਥੇ ਰਹਿ ਰਹੇ ਨੇ, ਵਧੀਆ ਸੋਚ ਦੇ ਧਾਰਨੀ ਨੇ, ਪੜ੍ਹੇ ਲਿਖੇ ਨੇ, ਅਤੇ ਉਹਨਾਂ ਦਾ ਵੀ ਮਕਸਦ ਇਹੀ ਹੈ ਕਿ ਟੀਮ ਵਰਕ ਦੀ ਤਰ੍ਹਾਂ ਕੰਮ ਕਰਕੇ ਸਮਾਜ ਨੂੰ ਵਧੀਆ ਬਣਾਇਆ ਜਾਵੇ, ਅਤੇ ਆਪਣੇ ਰਹਿਬਰਾਂ ਦੀ ਜੋ ਸੋਚ ਹੈ ਉਸਨੂੰ ਬਰਾਬਰੀ ਵਾਲਾ ਸਮਾਜ ਪੈਦਾ ਕਰਨ ਲਈ ਤਨ ਮਨ ਧਨ ਦੇ ਨਾਲ ਸਹਿਯੋਗ ਕਰਕੇ ਅੱਗੇ ਵਧਿਆ ਜਾਵੇ, ਅਤੇ ਉਹ ਸੰਸਥਾ ਦਿਨ ਰਾਤ ਉੱਤੇ ਪੈਰਾ ਦੇ ਰਹੀ ਹੈ ਸਾਡੀ। ਜਿਹੜਾ ਪੰਜਾਬ ਹੁਣ ਨਸ਼ਿਆਂ 'ਚ ਸਭ ਤੋਂ ਮੋਰੀ ਹੋ ਗਿਆ ਔਰ ਜਿਹੜਾ ਬਾਹਰ ਵੀ ਦੌੜ ਲੱਗ ਗਈ ਆ, ਇਹਦੇ ਬਾਰੇ ਕੀ ਕਹੋਗੇ? ਦੇਖੋ, ਨਸ਼ਿਆਂ ਦਾ ਅਤੇ ਜੋ ਬਾਹਰਲੇ ਦਾੜੇ ਵਿਚਾਰ ਹੈ ਨਾ, ਜੋ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ, ਜੇ ਮੈਂ ਕਹਾਂਗਾ ਤਾਂ ਸਾਡੇ ਸਮਾਜ ਦੇ ਜੋ ਆਗੂ ਨੇ ਉਹਦੇ ਨਾਲ ਸਮੇਂ ਦੀਆਂ ਸਰਕਾਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਕਿਉਂਕਿ ਜੋ ਅਸੀਂ ਦੇਖਦੇ ਹਾਂ, ਜਿਵੇਂ ਅਸੀਂ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਨੇ, ਬੱਚੇ ਪੜ੍ਹ ਲਿਖ ਤਾਂ ਜਾਂਦੇ ਨੇ, MA BA MCA ਵੱਡੀਆਂ ਵੱਡੀਆਂ ਡਿਗਰੀਆਂ ਲੈ ਰਹਿੰਦੇ ਨੇ, ਪਰ ਸਰਕਾਰਾਂ ਉਹਨਾਂ ਲਈ ਨੌਕਰੀਆਂ ਦਾ ਪ੍ਰਬੰਧ ਨਹੀਂ ਕਰ ਰਹੀ।
ਤੇ ਜਦੋਂ ਨੌਕਰੀਆਂ ਨਹੀਂ ਮਿਲਦੀਆਂ ਤੇ ਬੱਚਾ ਜੋ BA MA ਬੜੀਆਂ ਇੰਨੇ ਪੈਸੇ ਮਾਂ ਬਾਪ ਦੇ ਖੂਨ ਪਸੀਨੇ ਖਰਚ ਕੇ ਉਹਨੂੰ ਡਿਗਰੀਆਂ ਦੇ ਦਿੰਦਾ ਪਰ ਨੌਕਰੀ ਨਹੀਂ ਮਿਲਦੀ, ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਹ ਡਿਪਰੈਸ਼ਨ ਦੇ ਵਿੱਚ ਇਹਨੇ ਦੁਖੀ ਹੋ ਕੇ ਨਸ਼ਿਆਂ ਵੱਲ ਨੂੰ ਗਲਤਾਨ ਹੋ ਜਾਂਦਾ ਹੈ ਤੇ ਨਸ਼ਿਆਂ ਵਿੱਚ ਉਹੀ ਬੱਚਾ ਜਾਏਗਾ ਜਿਹਨੂੰ ਜ਼ਿੰਦਗੀ ਵਿੱਚ ਉਹ ਸੰਤੁਸ਼ਟ ਨਹੀਂ ਹੈ ਕਿਉਂਕਿ ਉਹ ਜੋ ਬਣਨਾ ਚਾਹੁੰਦਾ ਜਦੋਂ ਉਹਦੇ ਸੁਪਨੇ ਪੂਰੇ ਨਹੀਂ ਹੁੰਦੇ ਤੇ ਉਹ ਨਸ਼ਿਆਂ ਦਾ ਆੜ ਲੈਂਦਾ ਕਿਉਂਕਿ ਵਕਤੀ ਤੌਰ ਤੇ ਉਹਨੂੰ ਜਦੋਂ ਨਸ਼ਾ ਕਰਦਾ ਹੈ ਉਹਨੂੰ ਰਾਹਤ ਮਿਲਦੀ ਹੈ, ਉਹਨੂੰ ਸਕੂਨ ਮਿਲਦਾ ਹੈ ਪਰ ਉਹਦੀਆਂ ਸਮੱਸਿਆਵਾਂ ਉੱਥੇ ਦੀ ਉੱਥੇ ਰਹਿੰਦੀਆਂ ਨੇ, ਉਲਟਾ ਹੋਰ ਗੰਭੀਰ ਹੁੰਦੀਆਂ ਜਾਂਦੀਆਂ ਨੇ ਤੇ ਇਸੇ ਨਸ਼ਿਆਂ ਦੀ ਵਜ੍ਹਾ ਕਰਕੇ ਹੀ ਜਾਂ ਸਰਕਾਰੀ ਨੌਕਰੀਆਂ ਪ੍ਰਾਪਤ ਨਾ ਹੋਣ ਕਰਕੇ ਹੀ ਬੱਚੇ ਜਿਹੜੇ ਨੇ ਉਹਨਾਂ ਨੂੰ ਬਾਹਰ ਭੱਜਣ ਦੀ ਦੌੜ ਲੱਗੀ ਹੋਈ ਹੈ ਕਿਉਂਕਿ ਬਾਹਰ ਦੇ ਵਿੱਚ ਮੈਂ ਖੁਦ ਕੈਨੇਡਾ ਵਿੱਚ ਜਾ ਕੇ ਆਇਆ ਹਾਂ, ਮੇਰੇ ਬੱਚੇ ਵੀ ਦੋਨੋਂ ਕੈਨੇਡਾ ਦੇ ਵਿੱਚ ਨੇ ਤੇ ਉੱਥੇ ਜਾ ਕੇ ਦੇਖੀਦਾ ਜੋ ਵਧੀਆ ਸਿਸਟਮ ਔਰ ਡਿਸਿਪਲਨ ਔਰ ਉੱਥੇ ਦਾ ਲਾ ਐਂਡ ਆਰਡਰ ਦੀ ਸਥਿਤੀ ਹੈ ਔਰ ਸਾਡੇ ਜੋ ਇੰਡੀਅਨ ਲੋਕ ਹੀ ਨੇ ਇੱਥੇ ਮਤਲਬ ਬਿਲਕੁਲ ਵੀ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਪਰ ਉੱਥੇ ਜਾ ਕੇ ਕਾਨੂੰਨ ਨੂੰ ਬਰਾਬਰ ਮਤਲਬ ਆਦਰ ਮਾਣ ਦੇ ਕੇ ਮਤਲਬ ਵਧੀਆ ਤਰੀਕੇ ਦੇ ਨਾਲ ਸਾਰੇ ਰੂਲ ਰੈਗੂਲੇਸ਼ਨ ਫੋਲੋ ਕਰਦੇ ਨੇ, ਚਾਹੇ ਉਹ ਟ੍ਰੈਫਿਕ ਦੇ ਰੂਲ ਹੋਣ ਚਾਹੇ ਜਾਂ ਸਰਕਾਰੀ ਕੰਮ ਕਾਜ ਦੇ ਹੋਣ ਜਾਂ ਕੋਈ ਹੋਰ ਸਮਾਜ ਦੇ ਵਿੱਚ ਵਿਚਰਨ ਦੇ ਹੋਣ, ਉਹਦੇ ਪੂਰਾ ਬਰਾਬਰ ਦਾ ਇੱਕ ਦੂਜੇ ਨੂੰ ਸਮਝਿਆ ਜਾਂਦਾ ਹੈ ਕਿ ਬਰਾਬਰ ਦੇ ਮੌਕੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ, ਪਰ ਸਾਡੇ ਇੱਥੇ ਜਿਹੜਾ ਹੈ ਉਹ ਰਿਸ਼ਵਤ ਕਰਪਸ਼ਨ ਔਰ ਧੱਕੇਸ਼ਾਹੀ ਔਰ ਭਾਈ ਭਤੀਜਾਵਾਦ ਜ਼ਿਆਦਾ ਹੋਣ ਕਰਕੇ ਜਿਹੜਾ ਉਹ ਬਰਾਬਰੀ ਦੇ ਮੌਕੇ ਸਾਰਿਆਂ ਨੂੰ ਨਹੀਂ ਮਿਲਦੇ, ਜਿਸ ਕਰਕੇ ਹਰ ਕੋਈ ਚਾਹੁੰਦਾ ਹੈ ਕਿ ਮੈਂ ਇਹੋ ਜਿਹੇ ਸਮਾਜ ਦੇ ਵਿੱਚ ਜਾਵਾਂ ਜਿੱਥੇ ਸਾਰਿਆਂ ਨੂੰ ਬਰਾਬਰ ਦੇ ਮੌਕੇ ਮਿਲਣ ਅਤੇ ਮਤਲਬ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਬਸ਼ਰ ਕਰਾਂ, ਇਸ ਕਰਕੇ ਲੋਕਾਂ ਨੂੰ ਬਾਹਰ ਭੱਜਣ ਦੀ ਦੌੜ ਹੈ। ਪਰ ਮੈਂ ਤਾਂ ਇਹੀ ਕਹਾਂ ਕਿ ਸਾਡਾ ਜੋ ਭਾਰਤ ਹੈ ਖਾਸ ਕਰਕੇ ਪੰਜਾਬ, ਇਹਦਾ ਦੇਖੋ ਕਿੰਨਾ ਚਾਰ ਰੁੱਤਾਂ ਨੇ, ਗਰਮੀ ਸਰਦੀ ਬਰਸਾਤ ਪਤਝੜ ਬਸੰਤ ਰਿਤੂ, ਇਹੋ ਜਿਹਾ ਮੌਸਮ ਕਿਸੇ ਵੀ ਦੁਨੀਆਂ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲੇਗਾ ਔਰ ਇੰਨੀ ਜਰਖੇਜ਼ ਜ਼ਮੀਨ ਹੈ ਸਾਡੀ ਇੱਥੇ ਦੀ ਉਪਜਾਊ ਜ਼ਮੀਨ ਹੈ। ਪਰ ਸਾਡੇ ਸਮੇਂ ਦੀਆਂ ਸਰਕਾਰਾਂ ਨੇ, ਇੰਡਸਟਰੀਅਲਿਸਟਾਂ ਨੇ, ਪੂੰਜੀਵਾਦੀਆਂ ਨੇ ਪਾਣੀ ਵੀ ਗੰਦਲਾ ਕਰ ਦਿੱਤਾ, ਹਵਾ ਵੀ ਗੰਦਲੀ ਕਰ ਦਿੱਤੀ ਔਰ ਜੋ ਸਾਡਾ ਹੈਗਾ ਖਾਣ ਪੀਣ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਿਲਾਵਟ ਖੋਰਾਂ ਨੇ ਉਹਦੇ ਵਿੱਚ ਮਿਲਾਵਟ ਮਿਲਾ ਦਿੱਤੀ ਅਤੇ ਜਿਹੜੀਆਂ ਨਵੀਆਂ ਨਵੀਆਂ ਬਿਮਾਰੀਆਂ ਕੈਂਸਰ ਵਰਗੀਆਂ ਨਾ ਬਾਰਾਂ ਬਿਮਾਰੀਆਂ, ਸ਼ੂਗਰ, BP ਔਰ ਹੋਰ ਜੋ ਮਾਨਸਿਕ ਰੋਗਾਂ ਨੇ ਸੰਨਾ ਲੋਕੀ ਪਰੇਸ਼ਾਨ ਹੋ ਰਹੇ ਨੇ, ਇਹਦਾ ਕਾਰਨ ਇਹ ਹੈ ਕਿ ਉਹ ਆਪਣੇ ਜੀਵਨ ਤੋਂ ਸੰਤੁਸ਼ਟ ਨਹੀਂ ਹੈ ਅਤੇ ਉਹ ਮਤਲਬ ਆਪਣੇ ਖੁਸ਼ਹਾਲੀ ਵਾਲਾ ਜੀਵਨ ਜਿਉਣ ਲਈ ਉਹ ਇੱਥੋਂ ਬਾਹਰ ਭੱਜ ਰਹੇ ਨੇ। ਤਾਂ ਅਸੀਂ ਤਾਂ ਇਹੀ ਅਪੀਲ ਕਰਦੇ ਹਾਂ ਕਿ ਜੋ ਅਗਾਂਹ ਵਧੂ ਲੋਕ ਨੇ ਜਾਂ ਪ੍ਰੋਗਰੈਸਿਵ ਸੋਚ ਵਾਲੀਆਂ ਸਰਕਾਰਾਂ ਦੇ ਨਾਲ ਨਾਲ ਜਿਹੜੇ ਪ੍ਰੋਗਰੈਸਿਵ ਸੋਚ ਵਾਲੀਆਂ ਜਥੇਬੰਦੀਆਂ ਜਾਂ ਹੋਰ ਸੰਸਥਾਵਾਂ ਨੇ, ਉਹਨਾਂ ਨੂੰ ਇਸ ਪੰਜਾਬ ਨੂੰ ਹੀ ਵਧੀਆ ਬਣਾਉਣ ਵਾਸਤੇ ਮਤਲਬ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਇਹ ਜੋ ਬੱਚੇ ਬਾਹਰ ਭੱਜਣ ਦੀ ਦੌੜ ਹੈ ਉਹ ਇੱਥੇ ਹੀ ਰਹਿ ਕੇ ਆਪਣਾ ਵਧੀਆ ਜੀਵਨ ਬਸਰ ਕਰ ਸਕਣ। ਮੇਰੀ ਤਾਂ ਇਹੀ ਅਪੀਲ ਹੈ ਸਮੇਂ ਦੀਆਂ ਸਰਕਾਰਾਂ ਨੂੰ ਵੀ, ਜੋ ਵਧੀਆ ਸੋਚ ਰਹੇ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਵੀ ਕਿ ਇੱਕ ਸਮਾਜ ਜਾਗਰਤੀ ਚੇਤਨਤਾ ਲਹਿਰ ਚਲਾਈ ਜਾਵੇ ਤਾਂ ਕਿ ਅਸੀਂ ਕਿਵੇਂ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਹੈ, ਕਿਵੇਂ ਅਸੀਂ ਪ੍ਰਦੂਸ਼ਣ ਨੂੰ ਬਚਾਉਣਾ ਹੈ, ਕਿਵੇਂ ਅਸੀਂ ਕਰਪਸ਼ਨ ਰਹਿਤ ਸਮਾਜ ਦੀ ਵਿਵਸਥਾ ਕਰਨੀ ਹੈ, ਕਿਵੇਂ ਅਸੀਂ ਸਮਾਨਤਾ ਸੁਤੰਤਰਤਾ ਅਤੇ ਭਾਈਚਾਰੇ ਦੇ ਨਿਆਂ ਤੇ ਆਧਾਰਿਤ ਸਮਾਜ ਸਥਾਪਿਤ ਕਰਨਾ ਅਤੇ ਕਿਉਂ ਨਾ ਇਸ ਨੂੰ ਹੀ ਵਧੀਆ ਇੱਕ ਸਵਰਗ ਦਾ ਧਰਤੀ ਬਣਾਇਆ ਜਾਵੇ, ਨਾ ਕਿ ਅਸੀਂ ਬਾਹਰਲੇ ਦੂਸਰੇ ਮੁਲਕਾਂ ਦੇ ਵਿੱਚ ਜੋ ਕਿ ਸਾਡੇ ਲਈ ਇੱਕ ਪਰਾਇਆ ਦੇਸ਼ ਹੀ ਰਹਿਣਾ, ਭਾਵੇਂ ਜਿੰਨੇ ਮਰਜ਼ੀ ਉੱਥੇ ਮਤਲਬ ਵਧੀਆ ਮਤਲਬ ਜ਼ਿੰਦਗੀ ਬਸਰ ਕਰੀਏ ਪਰ ਅਸੀਂ ਸੈਕਿੰਡ ਦਰਜੇ ਦੇ ਸ਼ਹਿਰੀ ਰਹਿਣਾ, ਉੱਥੇ ਦੇ ਮੂਲ ਵਸ਼ਿੰਦੇ ਆ ਉਹੀ ਫਸਟ ਦਰਜੇ ਦੇ ਸ਼ਹਿਰੀ ਰਹਿਣਾ ਅਤੇ ਕਿਉਂ ਨਾ ਆਪਣੇ ਦੇਸ਼ ਆਪਣੇ ਪੰਜਾਬ ਨੂੰ ਹੀ ਵਧੀਆ ਬਣਾਉਣ ਲਈ ਸਾਨੂੰ ਉਪਰਾਲੇ ਕੀਤੇ ਜਾਣ। ਸੁਕੰਸ਼ਮ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਬਹੁਤ ਵਿਸਥਾਰ ਨਾਲ ਸਾਡੇ ਦਰਸ਼ਕਾਂ ਨੂੰ ਦੱਸਿਆ ਆਪਣੀ ਜ਼ਿੰਦਗੀ ਬਾਰੇ ਔਰ ਆਪਣੇ ਮਿਸ਼ਨ ਬਾਰੇ ਔਰ ਆਉਣ ਵਾਲੀ ਪੀੜ੍ਹੀ ਨੂੰ ਵੱਡੇ ਸੰਦੇਸ਼ ਵੀ ਦਿੱਤੇ। ਸੋ ਜੀ ਆਇਆਂ ਤੁਹਾਨੂੰ ਅਤੇ ਹੁਣ ਅਲਵਿਦਾ ਲੈਂਦੇ ਹਾਂ ਤੁਹਾਡੇ ਕੋਲੋਂ ਪ੍ਰੋਗਰਾਮ ਲਈ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਇੱਕ ਵਾਰ ਫਿਰ ਤੁਹਾਡੇ ਅਤੇ ਤੁਹਾਡੀ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਡੇ ਆਪਣੇ ਚੈਨਲ ਰਾਹੀਂ ਮੈਨੂੰ ਆਪਣੀ ਔਰ ਆਪਣੀ ਸੰਸਥਾ ਬਾਰੇ ਗੱਲ ਕਰਨ ਦਾ ਮੌਕਾ ਦਿੱਤਾ। ਉਡੀਕਾਂ 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 ਤੇਰੇ ਆਉਣੀਆਂ ਉਡੀਕਾਂ ਉਡੀਕਾਂ ਉਡੀਕਾਂ।
ਕੁੜੀ ਕਾਂ।